ਲੜਾਈ ਹੈ ਸਫਾ ਲੜਾਈ ਹੈਗਾ ਹੈ ਤੁਹਾਨੂੰ, ਜੀ, ਮੈਂ ਤੇ ਕੁਛ ਆਖਿਆ ਵੀ ਕੋਈ ਨਹੀਂ, ਮੈਂ ਤੇ ਸਿਰਫ ਇੰਜ ਗੱਲ ਦੌਰਾਨ ਆਇਆ ਕਿ ਡਾਕਟਰ ਸਾਹਿਬ ਨੇ ਆਖਿਆ ਜਿਲਦ ਕੀ ਹੈ ਜ਼ਮੀਮਾ ਭਰਾਏ ਨੇ ਐਮ ਦੀ ਹਿੱਸਾ ਪੰਜਵੇਂ ਸਫਾ ਇਹਦਾ ਹੈਗਾ 356, ਤੇ ਐ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਤੇ ਤੁਸੀਂ। ਅੱਛਾ ਜੀ, ਕੰਪਿਊਟਰ ਨਹੀਂ ਖੁੱਲਾ ਤੁਹਾਡੇ ਕੋਲ? ਕੰਪਿਊਟਰ ਖੁੱਲਾ, ਤੇ ਸਾਰਾ ਕੁਝ ਕੈਮਰਾ ਖੁੱਲਾ। ਆਨ ਕਰਕੇ ਵਿਖਾ ਦਿਓ ਨਾਰਮਲ ਹੀ। ਚਲੋ ਮੈਂ ਹਾਂ ਤੁਹਾਨੂੰ ਲਾਈਵ ਦਿਖਾ ਦਿੰਦਾ, ਲਾਈਵ ਠੀਕ ਹੈ? ਹਾਂ ਹੈਲੋ ਜੀ, ਲਾਈਵ ਦਿਖਾ ਛੋਟੀ ਸਰਕਾਰ ਸਾਹਿਬ, ਇੱਕ ਹਵਾਲਾ ਲੈ ਜਾਓ ਮੈਨੂੰ ਇਹਦੀ, ਤੁਸੀਂ ਦੱਸਣਾ ਵਾ ਕਿ ਇਹਦੀ ਵਜ੍ਹਾ ਵਜ੍ਹਾ ਇਹਦੀ ਕਿ ਨਹੀਂ। ਨਹੀਂ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਨਾ, ਇੱਕ ਲੈ ਜਾਓ ਤੇ ਇਹਦੀ ਵਜ੍ਹਾ ਮੈਨੂੰ ਲਿਖੀ ਹੋਈ ਵਿਖਾ ਦੇਣਾ ਕਿ ਕਿੱਥੇ ਇਹਦੀ ਵਜ੍ਹਾ ਲਿਖੀ ਹੋਈ ਹੈ, ਕਿ ਇਹ ਬਦਲੀ ਹੈ ਜਿਹੜੀ ਅਸੀਂ ਭਾਰਤ, ਇਹਦੀ ਵਜ੍ਹਾ ਕੀ ਹੈ? ਉਹ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਗੱਲ ਇੰਨੀ ਕੁ ਹੋਏ ਕਿ ਜਿਹੜੀ ਮੈਂ ਗੱਲ ਕਰ ਰਿਹਾ ਮੈਂ ਉਹ ਕਰਨੀ ਹੈ, ਜਾਂ ਜਿਹੜੀ ਤੁਸੀਂ ਨਵਾਂ ਟਾਪਿਕ ਛੇੜਨਾ ਉਹਦੇ ਤੇ ਗੱਲ ਕਰਨੀ? ਨਹੀਂ ਨਹੀਂ ਉਹ ਗੱਲ ਤੁਸੀਂ ਕੀਤੀ ਆ ਕਿ ਜਿੱਥੇ ਗੱਲ ਬਦਲੀ ਹੋਏਗੀ ਜਾਂ ਕੱਢੀ ਹੋਏਗੀ ਉਹਦਾ ਹਵਾਲਾ ਥੱਲੇ ਦਿੱਤਾ ਹੋਏਗਾ ਕਿ ਕਿਉਂ ਕੱਢੀ ਆ। ਰਿਹਾ ਭਾਈ, ਇਹ ਮੇਰਾ ਬੰਦਾ ਸਿਆਣਾ ਲੱਗ ਰਿਹਾ, ਇਹ ਤੁਹਾਨੂੰ ਟਕਰੇਗਾ। ਮੈਂ ਤੁਹਾਨੂੰ ਦੱਸ ਰਿਹਾ ਛੋਟੀ ਸਰਕਾਰ ਸਾਹਿਬ, ਤੁਸੀਂ ਇਹ ਦਾਅਵਾ ਕੀਤਾ ਵਾ ਕਿ ਜਿੱਥੋਂ ਵੀ ਰੱਦੋ ਬਦਲ ਕੀਤਾ ਉਹਦੀ ਵਜ੍ਹਾ ਲਿਖੀ ਹੋਈ ਹੈ ਥੱਲੇ ਕਿ ਕਿਉਂ ਕੀਤਾ ਗਿਆ, ਇਹ ਤੁਸੀਂ ਕੀਤਾ ਨਾ ਦਾਅਵਾ? ਮੈਂ ਗੱਲ ਕਰ ਰਿਹਾ ਵਾਂ, ਇੱਕ ਮਿੰਟ ਸਾਹ ਲੈ ਲਓ, ਉਹ ਇੱਕ ਮਿੰਟ ਉਹ ਹਵਾਲਾ ਕੱਢ ਲੈਣ ਦਿਓ, ਉਹਨੂੰ ਜ਼ਰਾ ਖੁੱਲ੍ਹੇ ਨਾਲ ਪੜ੍ਹ ਲੈਣ ਦਿਓ, ਉੱਥੇ ਪੜ੍ਹਿਆ ਨਹੀਂ ਜਾਣ ਡਿਆ, ਇੱਕ ਵਾਰੀ ਉਹ ਪੜ੍ਹ ਲੈਣ ਦਿਓ। ਮੈਂ ਇੱਧਰ ਸਫ਼ਾ ਕੱਢ ਕੇ ਲਾ ਦਿੰਦਾ ਜੀ। ਠੀਕ, ਛੋਟੀ ਸਰਕਾਰ, ਮੈਂ ਤੇ ਐਵੇਂ ਹੀ ਸਮਝਿਆ ਸੀ ਕਿ ਤੂੰ ਤੇ ਇਹ ਦੇਖ ਲੈ 356 ਸਫ਼ਾ ਹੈ। ਅਕੂ ਮੇਰਾ ਇਹ ਦਾਅਵਾ ਨਹੀਂ ਹੈ, ਮੈਂ ਉਹ ਮਹਦੀ ਹੂੰ ਜੋ ਮਿਸਦਾਕ ਮੇਰੇ ਵਾਲਾ ਦੀ ਫਾਤਿਮਾ ਫਾਤਿਮਾ ਵਾ ਮੇਰੇ ਕਰਤੀ ਵਗੈਰਾ ਹੈ। ਠੀਕ ਹੈ ਜੀ, ਐ ਹੀ ਲਾਇਆ ਸੀ, ਦਾਅਵਾ ਨਹੀਂ ਹੈ ਇਹ ਨਾ ਮੇਰੇ। ਵਾ 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 ਵਾ, ਐ ਹੀ ਤੇ ਲਾਇਆ ਸੀ ਹੁਣੀ ਨਾ। ਓਏ ਜੀ, ਯਾਰ ਬੜੀ 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 ਛੋਟੀ ਸਰਕਾਰ ਹੋਣ। ਹਾਂ ਬੜੀ ਬੜੀ ਜਰਾ ਐ ਤੂੰ ਹੀ ਲਾਇਆ ਸੀ ਪੜਿਓ, ਸ਼ੁਰੂ ਤੋਂ ਪੜਿਓ। ਹਾਂ ਜੀ, ਮੇਰਾ ਇਹ ਦਾਅਵਾ ਨਹੀਂ ਹੈ ਕਿ ਮੈਂ ਉਹ ਮਹਦੀ ਹੂੰ ਜੋ ਮਿਸਦਾਕ ਮੇਰੇ ਵਾਲਾ ਦੀ ਫਾਤਿਮਾ ਵਾ ਮੇਰੇ ਕਰਤੀ ਹੈ। ਅਬ ਦੂਸਰੀ ਤਰਫ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾ ਰਹੇ ਕਿ ਉਹ ਮੇਰੀ ਆਲੇ ਬੈਤ ਮੇਂ ਸੇ ਹੋਗਾ, ਆਪ ਹਦੀਸ ਨਹੀਂ ਮੰਨਤੇ। ਮਿਰਜ਼ਾ ਸਾਹਿਬ ਕਹਤੇ ਹੈ ਕਿ ਇਹ ਮੇਰਾ ਦਾਅਵਾ ਨਹੀਂ ਹੈ ਜੋ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੀ ਹਦੀਸ ਕੇ ਮੁਤਾਬਿਕ। ਕਿਤੇ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇਹਦੇ ਤੇ ਕਿੱਥੇ ਲਿਖਿਆ ਹੈ ਕਿ ਜੋ ਹਦੀਸੋਂ ਮੇਂ ਇਮਾਮ ਮਹਿਦੀ ਕਾ ਜ਼ਿਕਰ ਹੈ ਮੈਂ ਉਹ ਇਮਾਮ ਮਹਿਦੀ ਨਹੀਂ ਹੂੰ? ਵਿਖਾਓ ਜੀ। ਠੀਕ ਹੈ ਜੀ, ਇਹਨਾਂ ਨੇ ਲਿਖਿਆ, ਇਹਨਾਂ ਨੇ ਇਹਨਾਂ ਨੇ ਕਿ ਹੋਰ ਹਵਾਲੇ ਵੀ ਪੇਸ਼ ਕਰਨੇ। ਜ਼ਿਆ ਭਾਈ ਪੜ੍ਹਨੇ ਸੀਗੇ, ਇਹਨਾਂ ਨੇ ਲਿਖਿਆ ਸੀਗਾ ਇਹ ਵੱਡੇ ਵੱਡੇ ਕਰਿਓ ਆਪਣੀ ਫੋਟੋ ਜ਼ਰਾ। ਹਾਂਜੀ ਹਾਂਜੀ, ਕੀ ਕਿਹਾ ਸੀ ਇਹਨਾਂ ਨੇ? ਜ਼ਿਆ ਭਾਈ ਇਹ ਚੈਲੰਜ ਕਰ ਰਹੇ ਸੀਗੇ ਕਿ ਮੈਂ ਉਹ ਇਮਾਮ ਹੈ ਦੀ ਨਹੀਂ ਹੂੰ, ਮਿਰਜ਼ਾ ਸਾਹਿਬ ਨੇ ਲਿਖਿਆ ਹੈ ਇਹ ਵੱਡਾ ਕਰਿਓ ਜ਼ਰਾ। ਹਾਂਜੀ, ਤੇ ਉਹ ਮੇਰਾ ਇਹ ਦਾਅਵਾ ਨਹੀਂ ਹੈ ਕਿ ਮੈਂ ਉਹ ਮਾਦੀ ਹੂੰ ਜੋ ਮਿਸਤਾਕ ਮੀਨਿੰਗ ਵਾਲਾ ਦੀ ਫਾਤਿਮਾ ਵਾ ਮੀਨ ਇਟਰਤੀ ਹੈ। ਇਹ ਬਾਤ ਜ਼ਿਆ ਭਾਈ ਨੇ ਬਤਾਈ। ਹਦੀਸ ਇੱਕ ਲਾਇਨ ਦਾ ਜ਼ਿਕਰ ਹੋ ਰਿਹਾ ਜਾਂ ਇਮਾਮ? ਅੱਗੇ ਸੁਣੋ ਨਾ, ਆਹਾਂ ਅੱਗੇ ਬੜਾ ਬੜਾ ਸੀ ਇਹ ਮਾਊਦ ਕੇ ਲਈ, ਇਹਨਾਂ ਨੇ ਸੁਣ ਲਓ ਸੁਣ ਲਓ, ਸੀ ਇਹ ਮਾਊਦ ਕੇ ਲਈ ਹਾਂ ਪੂਰਾ ਪੜ੍ਹ। ਕਿਸੇ ਮੁਹੱਦਸ ਕਾ ਕੌਲ ਨਹੀਂ ਕਿ ਉਹ ਬਨੀ ਫਾਤਿਮਾ ਫਾਤਿਮਾ ਵਗੈਰਾ ਵਿੱਚ ਹੋਗਾ, ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾ ਰਹੇ ਕਿ ਉਹ ਮੇਰੀ ਐਜੇ ਬੈਠ ਵਿੱਚ ਹੋਗਾ। ਹਾਂ ਸਾਧ ਇਸਕੇ ਜੈਸਾ ਕਿ ਤਮਾਮ ਮੁਹੱਦਸੀਨ ਕਹਤੇ ਹੈ, ਮੈਂ ਵੀ ਕਹਤਾ ਹੂੰ। ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਨਹੀਂ ਨਹੀਂ ਛੋਟੇ ਸਰਕਾਰ, ਅੱਧੀ ਨਹੀਂ ਨਹੀਂ ਪੜ੍ਹ ਲੈਣ ਦੋ, ਪੜ੍ਹ ਲੈਣ ਦੋ ਪਲੀਜ਼। ਗੱਲ ਮਕਬੂਸ਼ ਹੈ, ਇੱਕ ਵੀ ਉਨਮੇ ਸੇ ਸਹੀ ਨਹੀਂ, ਬਾਤ ਖਤਮ ਹੋ ਗਈ। ਜੇ ਲੋ ਜੀ, ਇੱਕ ਵੀ ਉਨਮੇ ਸੇ ਕਹਿ ਰਹੇ ਜੀ ਸਾਰੀ ਹਦੀਸਾਂ ਗਲਤ ਹਨ। ਅਸੀਂ ਇਹਨੂੰ ਮੰਨਨੇ ਆ ਬਿਲਕੁਲ ਠੀਕ ਹੈ, ਉਹ ਗੱਲ ਬਿਲਕੁਲ ਠੀਕ ਹੈ, ਲੇਕਿਨ ਇਹਦੇ 'ਚ ਇਹ ਕਿੱਥੇ ਲਿਖਿਆ? ਓਕੇ ਬਰਦਰ, ਇਹ ਕਿੱਥੇ ਲਿਖਿਆ ਹੈ ਕਿ ਇਮਾਮ ਮਹਿਦੀ ਮੈਂ ਉਹ ਨਹੀਂ ਹੂੰ ਜਿਸ ਕਾ ਹਦੀਸੋਂ ਮੇਂ ਜ਼ਿਕਰ ਹੈ?
ਉਹ ਇਹੀ ਤਾਂ ਦੱਸ ਰਿਹਾ, ਸਾਰੀਆਂ ਹਦੀਸਾਂ ਗਲਤ ਨੇ, ਹੋਰ ਕੀ ਦੱਸ ਰਿਹਾ? ਹਦੀਸਾਂ ਹਦੀਸਾਂ ਤੇ ਹਦੀਸਾਂ ਤੇ ਮੇਰੀ ਗੱਲ ਸੁਣੋ, ਉਹ ਹਦੀਸਾਂ ਇਮਾਮ ਮਹਿਦੀ ਦਾ ਹੀ ਦੱਸ ਰਿਹਾ, ਇਮਾਮ ਮਹਿਦੀ ਦੀ ਪੇਸ਼ਨ ਗੋਈ ਤੇ ਹਦੀਸਾਂ ਵਾਲੇ ਇਮਾਮ ਮਹਿਦੀ, ਹੋਰ ਇਮਾਮ ਮਹਿਦੀ ਕਿਧਰੋਂ ਆ ਗਿਆ? ਹਦੀਸਾਂ ਦੇ ਵਿੱਚ ਹੀ ਇਮਾਮ ਮਹਿਦੀ ਲੈ ਰਿਹਾ, ਇੱਕ ਇਮਾਮ ਮਹਿਦੀ ਨਹੀਂ, ਹਦੀਸਾਂ ਤੇ ਗਲਤ ਹੋ ਗਈ ਹੈ ਨਾ ਫਿਰ, ਹਜ਼ਰਤ ਮਸੀਹ ਮਸਲ ਨਹੀਂ, ਫੇਰ ਪੜੀ ਯਾਰ ਉਸਮਾਨ ਬਿਨ ਫੇਰ ਪੜੀ, ਇੱਕ ਮਿੰਟ ਮੁਜ਼ੱਫਰ ਸਾਹਿਬ ਮੈਂ ਦੱਸਣਾ, ਇੱਕ ਇਮਾਮ ਮਹਿਦੀ ਯਾਰ ਨਹੀਂ, ਇੱਕ ਸੈਕਿੰਡ ਫੇਰ ਪੜੀ, ਇੱਕ ਯਾਰ ਯਾਰ ਇੱਕ ਮਿੰਟ ਮੁਜ਼ੱਫਰ ਸਾਹਿਬ, ਇੱਕ ਮਿੰਟ, ਇੱਕ ਇਮਾਮ ਮਹਿਦੀ ਹੋਵੇ ਜਿਹੜਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਪੇਸ਼ਨ ਗੋਈ ਕੀਤੀ ਸੀ ਜੀ ਦੀ ਆਉਣ ਦੀ, ਠੀਕ ਹੈ, ਇੱਕ ਇਮਾਮ ਮਹਿਦੀ ਹੋਵੇ ਜਿਹੜਾ ਕਿ ਬੁਖਾਰੀ ਮੁਸਲਮ ਦੋਨਾਂ ਨੇ ਹਦੀਸ ਲੈਣ ਤੋਂ ਇਨਕਾਰ ਹੀ ਕਰ ਦਿੱਤਾ, ਉਹਨਾਂ ਨੇ ਕਿ ਅਸੀਂ ਹਦੀਸ ਹੀ ਨਹੀਂ ਲੈਣੀ, ਹਦੀਸ ਹੀ ਨਹੀਂ ਲੈਣੀ, ਕੋਈ ਇਮਾਮ ਮਹਿਦੀ ਸਾਰੀਆਂ ਲੈ ਜਾਓ ਜਿੱਥੇ ਮਰਜ਼ੀ ਜਾ ਕੇ ਇੱਧਰ ਉੱਧਰ ਕਿਤਾਬਾਂ ਵਾਟ ਕੇ, ਮੈਂ ਨਹੀਂ ਲੈਣੀ, ਕਿੱਥੇ ਇਨਕਾਰ ਕੀਤਾ, ਕਿੱਥੇ ਇਨਕਾਰ, ਠਹਿਰ 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 ਜੋ, ਉਹਨਾਂ ਨੇ ਕੋਈ ਇਮਾਮ ਮਹਿਦੀ ਦੀ ਹਦੀਸ ਲਈ ਹੈ? ਸਹੀ ਲਈ ਹੈ, ਲਈ ਹੈ, ਸਾਹਿਬ ਨੇ ਲਈ ਹੈ, ਲਈ ਹੈ, ਮੈਂ ਦੱਸਾਂਗਾ, ਵਿਖਾਓ ਕਿੱਥੇ ਜੀ, ਵਿਖਾ ਵਹਾਂਗੇ, ਤੁਸੀਂ ਗੱਲ ਕਰ ਲਓ ਆਪਣੀ, ਨਹੀਂ ਵਿਖਾ ਦਿਓ ਪਹਿਲਾਂ ਹਦੀਸ, ਵਿਖਾ ਦਿਓ ਇਸੇ ਗੱਲ ਦੇ ਉੱਤੇ, ਮੁਸਲਮ ਗੱਲ ਪੂਰੀ ਕਰ ਲਓ, ਗੱਲ ਪੂਰੀ ਕਰ ਲਓ ਫਿਰ ਜਵਾਬ ਦਿੰਦੇ। ਹਾਂ ਮੈਂ ਕਹਿਣ ਦਿਆਂ ਕਿ ਇੱਕ ਇਮਾਮਾ ਦੀ ਹੋਵੇ ਕਿ ਜਿਹੜੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਪੇਸ਼ਨ ਗੋਈ ਕੀਤੀ ਸੀ, ਠੀਕ ਹੈ, ਠੀਕ ਹੈ, ਇੱਕ ਇਮਾਮਾ ਦੀ ਹੋਵੇ ਕਿ ਜਿਹੜਾ ਹਦੀਸਾਂ 'ਚ ਬਿਆਨ ਕੀਤਾ ਜਾਂਦਾ ਪਿਆ, ਠੀਕ ਹੈ, ਕਿ ਉਹ ਬਨੀ ਫਾਤਮਾ 'ਚ ਹੋਏਗਾ, ਉਹ ਬਨੀ ਫਲਾਣੇ ਤੋਂ ਹੋਏਗਾ, ਉਹਦਾ ਨਾਮ ਇਹ ਹੋਏਗਾ, ਉਹਦਾ ਨਾਮ ਉਹ ਹੋਏਗਾ, ਉਹਦੀ ਉਹ ਜਦੋਂ ਆਏਗਾ ਉਦੋਂ ਹਜ਼ਰਤ ਈਸਾ ਆਉਣਗੇ, ਯਾਨੀ ਕਹਿ ਲਓ ਕਿ ਮੁਖਤਲਿਫ ਚੇਂਜਿੰਗ ਕਰ, ਜਿਹੜੀ ਚੇਂਜਿੰਗ ਕੀਤੀ ਗਈ ਹੈ ਉਹਨੂੰ ਰੱਦ ਕਰ ਰਹੇ ਨੇ, ਇਮਾਮ ਮਹਿਦੀ ਦੇ ਆਉਣ ਨੂੰ ਰੱਦ ਤਾਂ ਨਹੀਂ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੇ ਪੇਸ਼ਨ ਗੋਈਆਂ ਹਦੀਸਾਂ 'ਚ ਹੋਈਆਂ ਨੇ ਉਹ ਉਸ ਇਮਾਮ ਮਹਿਦੀ ਦਾ, ਯਾਨੀ ਜਿਹੜੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਤੁਸੀਂ ਉਹਨੂੰ ਹੀ ਰੱਦ ਕਰਨ ਦੇ, ਉਹਨੂੰ ਤਾਂ ਰੱਦ ਹੀ ਨਹੀਂ ਕੀਤਾ, ਠੀਕ ਹੈ, ਬਸ ਮੁੱਕੀ ਗੱਲ। ਹਾਂਜੀ ਹਾਂਜੀ, ਇਹ ਦੱਸੋ ਜਦ ਬਾਰ ਬਾਰ ਤੁਹਾਨੂੰ ਜ਼ਿਆ ਭਾਈ ਪੁੱਛਣ ਲੱਗੇ ਨੇ ਕਿ ਇਮਾਮ ਮਹਿਦੀ ਦਾ ਆਉਣ ਦਾ ਜ਼ਿਕਰ ਹਦੀਸਾਂ 'ਚ ਹੈ ਜਾਂ ਕਿਰੇ ਹੋਰ ਵੀ ਹੈ? ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ੁਬਾਨ 'ਚ, ਅਗਰ ਲਿਖੀਆਂ ਨਹੀਂ ਹੈ ਤੇ ਤੁਹਾਡੇ ਤੱਕ ਇੰਜ ਪਹੁੰਚੀਆਂ ਨੇ 14 ਸਾਲ ਬਾਅਦ? ਅੱਲਾਹ ਤਾਲਾ ਬੈਠਾ, ਅੱਲਾਹ ਤਾਲਾ ਦੱਸ ਸਕਦਾ, ਮੈਨੂੰ ਇਹ ਸਮਝ ਨਹੀਂ ਆ ਮਿਰਜ਼ਾ ਸਾਹਿਬ ਦਾ ਜਵਾਬ, ਮਿਰਜ਼ਾ ਸਾਹਿਬ ਨੂੰ ਦੱਸੀਆਂ ਸੀ, ਮਿਰਜ਼ਾ ਸਾਹਿਬ ਦੀਆਂ ਗੱਲਾਂ, ਮਿਰਜ਼ਾ ਸਾਹਿਬ ਨੂੰ ਦੱਸੀਆਂ ਸੀ ਨੇ। ਯਾਰ ਮੇਰੀ ਇੱਕ ਗੱਲ ਸੁਣ ਲਓ, ਕਿਹੜੀ ਗੱਲ ਹੈ ਹਸਨ, ਇੱਕ ਗੱਲ ਹੈ ਦੀਜੀ, ਮੈਂ ਤੁਹਾਨੂੰ ਇੱਕ ਗੱਲ ਦੱਸ, ਗੱਲ ਹੈ ਦੱਸੋ ਕੋਈ ਕਿਹੜੀ, ਯਾਰ ਇੱਕ ਸੈਕਿੰਡ ਦੱਸੋ, ਮੈਂ ਗੱਲ ਕਰ ਲਾ ਜੀ ਭਾਈ, ਇੱਕ ਗੱਲ ਕਰ ਲਾ, ਤੁਸੀਂ ਲੋਕ ਆਪਣੀ ਗੱਲਾਂ ਦੇ ਵਿੱਚ, ਆਪਣੀ ਬਰੋਡਾਂ ਦੇ ਵਿੱਚ, ਆਪਣੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਝੂਠਾ ਸੱਚਾ ਸਾਬਤ ਕਰਨ ਦੇ ਵਿੱਚ ਇੰਨੇ ਗੁਫਤਾਰ ਜਾਂ ਇੰਨੇ ਬਦ ਲਿਹਾਜ਼ ਹੋ ਜਾਂਦੇ ਹੋ ਕਿ ਨਬੀ ਪਾਕ ਸਲਮ ਸਲਮ ਜਿਹਨਾਂ ਦੇ ਉੱਤੇ ਕੁਰਾਨ ਉਤਰਿਆ, ਜਿਹਨਾਂ ਦੇ ਵਾਸਤੇ ਕਾਇਨਾਤ ਬਣਾਈ ਗਈ, ਉਹਨਾਂ ਦਾ ਨਾਮ ਤੱਕ ਤੁਸੀਂ ਪੂਰਾ ਲੈਣਾ ਪਸੰਦ ਨਹੀਂ ਕਰਦੇ, ਤੋਬਾ ਨਾ ਉਸ ਵੇਲਾ। ਯਾਰ ਇਸ ਗੁਸਤਾਖੀ ਤੋਂ ਬਿਲਕੁਲ ਬਚਿਆ ਕਰੋ, ਜਦੋਂ ਵੀ ਤੁਹਾਡੀ ਗੁਸਤਾਖ ਦੀ ਔਕਾਤ ਨਹੀਂ, ਤੁਹਾਡੀ ਕੋਈ ਔਕਾਤ ਨਹੀਂ, ਠੀਕ ਹੈ, ਜਦੋਂ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਆਉਂਦੇ ਨਾ, ਪੂਰਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਲੈਣਾ ਚਾਹੀਦਾ ਇਨਸਾਨ ਨੂੰ, ਠੀਕ ਹੈ। ਤੁਹਾਡੀ ਗੁਫ਼ਤਗੂ ਕੀ ਹੈ, ਕੋਈ ਮਾਇਨੇ ਨਹੀਂ ਰੱਖਦੀ, ਠੀਕ ਹੈ। ਜਿੱਥੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਹੀ ਤੁਸੀਂ ਸ਼ੋਰਟ ਕਰ ਦਿੱਤਾ ਨਾ, ਉੱਥੇ ਤੁਹਾਡੀ ਗੁਫ਼ਤਗੂ ਮਾਇਨੇ ਨਹੀਂ ਰੱਖਦੀ, ਤੁਸੀਂ ਕੀ ਚੀਜ਼ ਹੋ ਯਾਰ, ਤੁਹਾਡੀ ਗੁਫ਼ਤਗੂ ਕੀ ਚੀਜ਼ ਹੈ, ਠੀਕ ਹੈ, ਅਗਰ ਤੁਸੀਂ ਨਾਮ ਹੀ ਨਹੀਂ ਪੂਰਾ ਲੈ ਰਹੇ। ਲਿਹਾਜ਼ਾ ਇਹ ਜਿਹੜੇ ਜਿੰਨੇ ਵੀ ਨਾ, ਮੇਰਾ ਬੜਾ ਮਤਲਬ ਬਹੁਤ ਘੱਟ ਮੈਂ
ਗੈਸਟ ਤੇ ਆ ਕੇ ਬੋਲਦਾ ਵਾ, ਪਰ ਥੱਲੇ ਬੜਾ ਦਿਲ ਦੁਖਦਾ ਯਾਰ। ਇੱਕ ਇਹਦੇ ਕੋਲ ਇੰਨਾ ਹੀ ਟਾਈਮ ਦੀ ਕੋਨੀ ਕੋਨੀ ਮੁਜ਼ੱਫਰ ਸਾਹਿਬ ਕੋਨੀ ਕੋਨੀ ਖੈਰ ਮੇਰੇ ਇੰਨੀ ਗੱਲ ਨੂੰ ਮਤਲਬ ਇਹਦੇ ਕੋਲ ਇੰਨਾ ਟਾਈਮ ਨਹੀਂ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਪੂਰਾ ਲੈ ਲੈਣਾ ਉਹਦੇ ਖੈਰ ਮੇਰੇ ਉਹ ਪਿਆਂਦਾ ਖੈਰ ਮੇਰੇ ਨੇ ਮੈਂ ਤਾਂ ਖੈਰ ਮੇਰੇ ਜੇ ਮਸੀਹ ਮੌਤ ਦਾ ਨਾਮ ਲੈ ਲਿਆ ਕਦੇ ਲੇਸਲਾ ਤੇ ਲੇਸਲਾਮ ਤੋਂ ਘੱਟ ਬੋਲੇ ਤਾਂ ਗੱਲ ਨਹੀਂ। ਮੈਂ ਉਦੋਂ ਜਿਆ ਭਾਈ ਦੀ ਲਾਈਫ ਤੇ ਵੀ ਚੜ ਗਿਆ ਸੀਗਾ, ਮੈਂ ਇਹਨਾਂ ਦੀ ਲਾਈਫ ਤੇ ਲੜ ਗਿਆ ਸੀਗਾ ਕਿ ਉਹ ਅਹਿਮਦੀ ਨਾਲ ਹੀ, ਉਹ ਅਹਿਮਦੀ ਵੀ ਹੋਵੇ ਉਹ ਅਹਿਮਦੀ ਨੂੰ ਵੀ ਮੰਨਦਾ ਕਿ ਅਗਰ ਆਪਣੇ ਵੱਡਿਆਂ ਦਾ ਨਾਮ ਪੂਰੀ ਤਮੀਜ਼ ਦੇ ਨਾਲ ਨਾ ਲੈ ਲਏ ਹਜ਼ਰਤ ਮਸੀਹ ਮੌਤ ਅਲੈਹ ਸਲਾਮ, ਠੀਕ ਹੈ ਮੈਂ ਤਾਂ ਕਹਿੰਦਾ ਵਾ ਅਗਰ ਤੁਸੀਂ ਮੈਨੂੰ ਨਾਮ ਮਸੀਹ ਮੌਤ ਨਾਲ ਨਹੀਂ ਭੁੱਲਣ ਲੱਗੇ, ਨਬੀ ਪਾਕ ਦਾ ਨਾਮ ਲੈਂਦੇ ਆ ਸਿਰਫ ਇਹਨਾਂ ਨੂੰ ਵੇਖਿਆ ਕਰੋ ਤੁਸੀਂ। ਅਮਰ ਭਾਈ ਤੁਸੀਂ ਇੰਜ ਨਾ ਕਰੋ, ਨਬੀ ਪਾਕ ਦਾ ਨਾਮ ਲਿਆ ਕਿ ਸੱਲੱਲਾਹੁ ਅਲੈਹਿ ਵਸੱਲਮ ਤੇ ਲਾਇਆ ਨਹੀਂ ਸੱਲੱਲਾਹੁ ਅਲੈਹਿ ਵਸੱਲਮ, ਮੈਂ ਭੁੱਲਦਾ ਨਹੀਂ ਮੇਰੇ ਤਰਬੀਅਤ ਸ਼ਾਮਲ ਹੈ, ਯਕੀਨ ਕਰੋ ਮੇਰੇ ਵਿੱਚੋਂ ਦੀ ਅਗਰ ਮੇਰੇ ਸਾਹਮਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਲਿਆ ਜਾਂਦਾ ਨਾ ਮੇਰੇ ਅੰਦਰੋਂ ਆਟੋਮੈਟਿਕ ਨਿਕਲਦਾ ਹੈ। ਜ਼ਿੰਦਗੀ ਚ ਉਹ ਦਿਨ ਹੀ ਨਹੀਂ ਆਇਆ ਜਿਸ ਦਿਨ ਉਹਨਾਂ ਦਾ ਕੀ ਨਾਂ ਸੁਣਿਆ ਹੋਵੇ ਜਾਂ ਬੋਲਿਆ ਹੋਵੇ ਤੇ ਨਾਲ ਦਰੂਦ ਨਾ ਪੜਿਆ ਹੋਵੇ, ਉਹ ਦਿਨ ਹੀ ਨਹੀਂ ਚੜਿਆ। ਚਲੋ ਗੱਲ ਕਰੋ ਯਾਰ, ਮੈਂ ਬਿਸ਼ੱਕ ਤੁਹਾਨੂੰ ਮੈਂ ਸਾਰਿਆਂ ਵਾਸਤੇ ਇੱਕ ਗੱਲ ਹੈ ਕਿ ਹਮੇਸ਼ਾ ਅਸੀਂ ਜਿਹੜੇ ਕਮੈਂਟਾਂ 'ਚ ਬੈਠੇ ਹੁੰਦੇ ਹਾਂ ਜਾਂ ਕੁਛ ਵੀ ਹੈ ਨਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਬਿਸ਼ੱਕ ਯਾਰ ਪੂਰਾ ਲਿਆ ਕਰੋ, ਬਹੁਤ ਪਿਆਰ ਦੇ ਨਾਲ, ਬਹੁਤ ਤਮੀਜ਼ ਦੇ ਨਾਲ, ਇੱਜ਼ਤ ਦੇ ਨਾਲ, ਇਹ ਰਿਕੁਐਸਟ ਦੈਟਸ ਇਟ। ਗੱਲ ਕਰੋ ਯਾਰ ਤੁਸੀਂ, ਆਪ ਗੱਲ ਕੀ ਕਰਨੀ ਹੈ, ਗੱਲ ਵੜ ਗਈ ਹੈ। ਕੱਲ੍ਹ ਉਹਨਾਂ ਨੇ ਜਦੋਂ ਮੰਨ ਲਿਆ ਕਿ ਅਸੀਂ ਉਸ ਮਾਂ ਮਹਿੰਦੀ ਨੂੰ ਮੰਨਦੇ ਹਾਂ, ਉਹਨੂੰ ਮਾਂ ਮਹਿੰਦੀ ਮੰਨਦੇ ਹਾਂ ਜਿਹਦਾ ਹਦੀਸਾਂ 'ਚ ਜ਼ਿਕਰ ਨਹੀਂ ਆਉਂਦਾ, ਕਿਸੇ ਹਦੀਸ ਦਾ ਉਹ ਮਿਸਤਾਕ ਨਹੀਂ, ਕੋਈ ਹਦੀਸ ਐਸੀ ਨਹੀਂ ਜਿਹੜੀ ਉਸ ਬੰਦੇ ਉੱਤੇ ਪੂਰੀ ਉਤਰਦੀ, ਉਹਨੂੰ ਅਸੀਂ ਮਾਂ ਮਹਿੰਦੀ ਮੰਨਦੇ ਤੇ ਭੰਡੀ ਕਾਹ ਦੀ। ਹਦਾਇਤ ਯਾਫਤਾ ਹਰ ਨਬੀ ਲੁਗਵੀ ਮਹਿਨਿਆਂ ਦੇ ਲਿਹਾਜ਼ ਨਾਲ ਮਹਦੀ ਹੈ, ਲੇਕਿਨ ਇੱਕ ਹੁੰਦਾ ਇਸਤਲਾਹੀ ਮਹਿਨਾ, ਜਿਹੜਾ ਇਸਲਾਮੀ ਸ਼ਰੀ ਇਸਤਲਾਹ ਵਿੱਚ ਇਮਾਮ ਏ ਮਹਦੀ ਹੈ, ਉਹ ਇਮਾਮ ਏ ਮਹਦੀ ਹੈ ਜਿਹਦੇ ਕੁਰਬੇ ਕਿਆਮਤ ਚ ਸੈਯਦਨਾ ਮਸੀਹ ਅਲੈਹਿ ਸਲਾਮ ਦੇ ਨਜ਼ੂਲ ਤੋਂ ਪਹਿਲਾਂ ਮੁਸਲਮਾਨਾਂ ਦਾ ਇਮਾਮ ਹੋਣਾ ਹੈ। ਅੱਛਾ, ਇਸ ਤੋਂ ਪਹਿਲੇ ਮੁਸਲਮਾਨਾਂ ਦੇ ਇਮਾਮ ਮਹਿਦੀ ਦੇ ਮੀਨਿੰਗਸ ਯੂਜ਼ ਕੀਤੇ ਗਏ, ਸੁਣ ਸੁਣ ਲਿਆ ਸੁਣ ਲਿਆ, ਮੈਂ ਸਮਝ ਗਿਆ ਇਸ ਤੋਂ ਪਹਿਲੇ ਮੇਰੀ ਗੱਲ ਪੂਰੀ ਨਹੀਂ ਹੋਈ, ਸੁਣ ਤੁਸੀਂ ਕੀ ਲਿਆ। ਅੱਛਾ ਚਲੋ, ਮੈਂ ਕਹਿੰਦਾ ਕਿ ਜਿਹੜੀ ਇਸਲਾਮੀ ਸ਼ਰੀ ਇਸਤਲਾਹ ਵਿੱਚ ਜਿਹਨੂੰ ਇਮਾਮ ਮਹਦੀ ਕਿਹਾ ਜਾਂਦਾ ਹੈ, ਉਹ ਉਹੋ ਇਮਾਮ ਮਹਦੀ ਹੈ ਜਿਹਨੇ ਮਸੀਹ ਅਲੈਹਿ ਸਲਾਮ ਦੇ ਨਜ਼ੂਲ ਤੋਂ ਪਹਿਲਾਂ ਮੁਸਲਮਾਨਾਂ ਦਾ ਇਮਾਮ ਹੋਣਾ ਹੈ ਔਰ ਜੰਗ ਕਰਨੀ ਹੈ ਔਰ ਉਹਦੇ ਤੋਂ ਬਾਅਦ ਉਹਨਾਂ ਨੇ ਹਕੂਮਤ ਕਰਨੀ ਹੈ। ਉਹ ਇਮਾਮ ਮਹਦੀ ਇਸਲਾਮੀ ਸ਼ਰੀ ਇਸਤਲਾਹ ਵਿੱਚ ਹੈ, ਲੇਕਿਨ ਲੁਗਵੀ ਮਹਿਨਿਆਂ ਦੇ ਲਿਹਾਜ਼ ਨਾਲ ਹਰ ਨਬੀ ਮਹਦੀ ਹੈ। ਹੁਣ ਤੁਸੀਂ ਗੱਲ ਕਰੋ ਕਿਹੜੇ ਮਹਦੀ। ਅੱਛਾ, ਜਿਹੜੇ ਇਸਤਲਾਹੀ ਜਿਹੜੇ ਮਹਦੀ ਹੈ ਤੇ ਜਿਹੜੇ ਤੁਸੀਂ ਬਿਆਨ ਕੀਤਾ ਹੁਣੀ, ਇਹ ਸਿਰਫ ਹੁਣ ਆਖਰੀ ਟਾਈਮ ਵਾਸਤੇ ਜਾਂ ਇਸ ਤੋਂ ਪਹਿਲੇ ਵੀ ਕੋਈ ਇਸਤਲਾਹੀ ਮਹਦੀ ਮਾਦੀ ਦਾ ਕੋਈ ਹੈ ਜ਼ੋਰ? ਇਸਤਲਾਹੀ ਇਸਤਲਾਹੀ ਮਾਦੀ ਸਿਰਫ ਔਰ ਸਿਰਫ ਇੱਕ ਹੀ ਹੈ। ਇੱਕ ਹੀ ਹੈ? ਇੱਕ ਹੀ ਇੱਕ ਇਥੋਂ ਇਸਤਲਾਹੀ ਕਿਥੋਂ ਤੁਸੀਂ ਕੱਢਿਆ ਮੈਨੂੰ ਇਹ ਦੱਸੋ। ਮੈਂ ਦੱਸਿਆ ਨਾ, ਇਸਤਲਾਹੀ ਤੌਰ ਤੇ ਯਾਨੀ ਜਿਹੜਾ ਮੁਸਤਮਲ ਹੈ ਮੁਸਲਮ ਉਮਮਤ ਦੇ 1400 ਸਾਲ ਵਿੱਚ। ਕਿਹੜੀ ਹਦੀਸ ਤੋਂ ਕੱਢਿਆ ਤੁਸੀਂ ਮੈਂ ਪੁੱਛ? ਹਾਂ ਹਾਂ, ਇਹ ਦੱਸੋ, ਇਹ ਪੁੱਛੋ ਵੀ ਕਿਹੜੀ ਹਦੀਸ ਕੱਢਿਆ ਤੀਸਾ? ਮੈਂ ਕੋਈ ਦਰਜਣ ਕ ਨੇ ਜਿਹੜੀਆਂ ਆਪਣੇ ਜ਼ਿਆ ਭਾਈ ਨੂੰ ਭੇਜੀਆਂ ਨੇ ਤੇ ਮੈਂ ਇੱਥੇ ਵਿਖਾ ਸਕਣਾ, ਲੇਕਿਨ ਪਹਿਲਾਂ ਤੁਹਾਡੇ ਨਾਲ ਤੇ ਸਵਾਲ ਜ਼ਿਆ ਭਾਈ ਨੇ ਕੀਤਾ ਹੈ। ਇਸਤਲਾਈ ਮਾਦੀ ਇੱਕ ਤੇ ਦੱਸ ਦਿਓ, ਹੈ ਹਦੀਸ ਇੱਕ ਇਸਤਲਾਈ ਮਾਦੀ ਦੀ ਇੱਕ ਹਦੀਸ ਤੇ ਦੱਸੋ ਨਾ। ਹਾਂ ਬਿਲਕੁਲ ਦੱਸਾਂਗੇ, ਲੇਕਿਨ ਤੁਹਾਨੂੰ ਜ਼ਿਆ ਭਾਈ ਨੇ ਅੱਗੇ ਕਿਹਾ ਵੀ ਜੇ ਤੇ ਤੁਸੀਂ ਹਦੀਸ ਮੰਨਣੀ ਹੈ
ਗੁੱਸਾ ਕਰਿਆ ਕਰੋ। ਜਿਸ ਵੇਲੇ ਅਦੀਸ ਸਾਹਮਣੇ ਆ ਗਈ ਤੇ ਫਿਰ ਐਲਾਨ ਹੋਣਾ ਚਾਹੀਦਾ ਮੁਸੱਵਰ ਖੈਂਚ ਵੋ ਨਸ਼ਾ। ਯਾਰ ਮੈਂ ਕਹਿੰਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਯਕੀਨ ਕਰੋ, ਸਾਡੀ ਬੋਟੀ ਬੋਟੀ ਜ਼ਰਾ ਜ਼ਰਾ ਕੁਰਬਾਨ ਹੈ। ਸ਼ਾਬਾਸ਼, ਗਾਲੀ ਚੈੱਕ ਕਰ ਲੈਣੇ ਐ ਹੁਣੇ ਚੈੱਕ ਕਰ ਲੈਣੇ ਜੀ, ਐ ਹੁਣੇ ਚੈੱਕ ਕਰ ਲੈਣੇ ਮੇਰੀ ਜਾਨ ਹੈ, ਹੁਣੇ ਇੱਕ ਮਿੰਟ ਤੋਂ ਪਹਿਲਾਂ ਚੈੱਕ ਹੋ ਜਾਣਾ। ਸਾਡੇ ਤੇ ਮਸੀਹ ਮੂਦ ਅਲੈਹ ਸਲਾਮ ਫਰਮਾਉਂਦੇ ਨੇ ਕਿ ਉਹਨਾਂ ਦੇ ਉਹ ਉਹਨਾਂ ਨੂੰ ਇਹ ਹੁਣੇ ਪਤਾ ਲੱਗ ਗਿਆ ਅਲੈਹ ਸਲਾਮ ਨੇ ਜਾਂ ਕੀ ਨੇ। ਚਲੋ ਵੱਡੀ ਸਕਰੀਨ ਤੇ ਕਰਨਾ ਮੈਨੂੰ। ਉਹ ਸੀ ਮੇਰੇ ਕੋਲ ਆਪਣਾ ਆਮਰ ਭਾਈ, ਮੈਂ ਲਾਤੀ ਐਸ ਆਈਡੀ ਤੇ ਮੇਰੇ ਕੋਲ ਲਾਈਵ ਐਕਸੈਸ ਹੀ ਹੈ ਨਹੀਂ ਤੇ ਇਹ ਆਈਡੀ ਯਤੀਮ ਯੂਜੀ ਆਈਡੀ ਆ ਜਿਆ ਭਾਈ ਲਾਤੀ ਮੈਨੂੰ ਛੋਟੀ ਸਕਰੀਨ ਦਿਖਾ ਦੇ। ਇਸ ਆਈਡੀ ਤੇ ਨਾ ਲਾਈਵ ਐਕਸੈਸ ਹੈ ਨਹੀਂ ਤੇ ਦੂਜੀ ਮੇਰੀ ਬੈਨ ਹੋਈ ਏ ਆਈਡੀ ਤੋਂ ਜਿਹੜਾ ਤੁਸੀਂ ਨਾਮ ਰੱਖ ਰਹੇ ਨਾ ਇਹਨੇ ਤੁਹਾਨੂੰ ਵੈਸੇ ਹੀ ਨਹੀਂ ਐਕਸੈਸ ਲੈਂਦੇ ਨਹੀਂ ਹੈ। ਜਿਹੜਾ ਨਾਂ ਰੱਖ ਲਿਆ ਤੁਹਾਨੂੰ ਵੈਸੇ ਹੀ ਐਕਸੈਸ ਨਹੀਂ ਮਿਲਦੀ। ਮਿਰਜ਼ਾ ਸਾਹਿਬ ਨੂੰ ਮੰਨੋਗੇ? ਪੜ੍ਹ ਕੇ ਦੱਸੋ ਨਾ ਯਾਰ ਮੈਨੂੰ ਤੇ। ਚਲੋ ਬਾਈ ਪੜ੍ਹ ਕੇ ਵੀ ਸੁਣਾ ਦਿਓ ਜਿਆ ਬਾਈ। ਜਿਆ ਬਾਈ ਨਾ ਦੁਸ਼ਮਣ ਦੀ ਵੀ ਤਾਰੀਫ ਕਰਨੀ ਚਾਹੀਦੀ ਹੈ ਕਿ ਬੰਦਾ ਨਾ ਜ਼ਿਆ ਬਈ ਕਮਾਲ। ਓਏ ਫੇਰ ਉਹੀ ਗੱਲ ਸ਼ੇਰ ਖਾਨ ਇਹ ਮੀਰ ਸਾਹਿਬ ਉਸ ਦਿਨ ਮੈਂ ਰਾਤ ਸੁੱਤਾ ਨਹੀਂ ਸ਼ੇਖ ਖਾਨ ਮੇਰੇ ਸਾਹਮਣੇ ਜ਼ਿਆ ਰਸੂਲ ਦੀ ਤਾਰੀਫ ਕਰਕੇ ਨਾ ਤੇ ਜਾਣਾ ਨਾ ਪਾਣਾ ਇਥੋਂ। ਓ ਨਹੀਂ ਨਹੀਂ ਤੁਹਾਨੂੰ ਤੇ ਸਾਡੇ ਮੀਆਂ ਸਾਹਿਬ ਲੈ ਜਾਣ 49 ਇੰਨੇ ਠੱਡੇ ਬੰਦੇ ਨੇ ਲਓ ਜੀ ਇਹ ਮੈਂ ਪੜ੍ਹ ਕੇ ਸੁਣਾਉਣ ਲੱਗਾ ਜੀ। ਇਹ ਹੈ ਜੀ ਹਦੀਸ ਸ਼ਰੀਫ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਔਰ ਸਹੀ ਹਦੀਸ ਹੈ ਜੀ। ਇਹਦੇ ਵਿੱਚ ਅਨ ਅਲੀ ਜੁਲ ਮੁਰਤਜ਼ਾ ਰਜ਼ੀ ਅੱਲਾਹ ਤਾਲਾ ਅਨਹੋ ਅਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਕਾਲ ਲਉ ਲਮ ਯਬ ਕਮਿਨ ਦਹਰ ਇਲਾ ਯੋਮਨ ਲਬੂ ਇਸੱਲਾਹੁ ਅੱਜ਼ਾ ਵਜਲ ਰਾਜੂ ਲਮਿਨ ਅਹਲੀ ਬੈਤੀ ਯਮ ਲਾ ਊਹਾ ਅਦਾ ਲਨ ਕਮਾ ਮੁਲੀ ਤਾ ਜੋਜ਼ਨ। ਹਜ਼ਰਤ ਅਲੀ ਜੁਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੁ ਫਰਮਾਤੇ ਹੈ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਅਗਰ ਦੁਨੀਆ ਕਾ ਇੱਕ ਦਿਨ ਵੀ ਬਾਕੀ ਹੋਗਾ ਤਬ ਵੀ ਜ਼ਰੂਰ ਵੀ ਜ਼ਰੂਰ ਅੱਲਾ ਅੱਜ਼ਾ ਵਜਲ ਮੇਰੀ ਅਹਲੇ ਬੈਤ ਮੇ ਸੇ ਇੱਕ ਸ਼ਖਸ ਕੋ ਭੇਜੇਗਾ ਜੋ ਕਿ ਜ਼ਮੀਨ ਕੋ ਐਸੇ ਅਦਲ ਔਰ ਇਨਸਾਫ ਸੇ ਭਰ ਦੇਗਾ ਜੈਸੇ ਕਿ ਵੋ ਉਸਸੇ ਪਹਿਲੇ ਜ਼ੁਲਮ ਓ ਜ਼ਿਆਦਤੀ ਸੇ ਬਰੀ ਹੋਗੀ। ਇਹ ਪਹਿਲੀ ਨਿਸ਼ਾਨੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਨਕੀ ਇਹ ਬਿਆਨ ਫਰਮਾਈ ਹੈ ਕਿ ਵੋ ਮੇਰੀ ਅਹਲੇ ਬੈਤ ਮੇ ਸੇ ਹੋਂਗੇ। ਠੀਕ ਹੈ ਜੀ,
ਲਓ ਜੀ ਮਿਰਜ਼ਾ ਸਾਹਿਬ ਤਾਂ ਨਹੀਂ ਸੀ ਆਹਲੇ ਬੈਦ ਦੇ ਵਿੱਚੋਂ, ਅਤੇ ਇਹ ਮੰਨੋ ਹੁਣ ਨਬੀ ਪਾਕ ਸੱਲਲਾਹੁ ਅਲੈਹਿ ਵਸੱਲਮ ਦਾ ਫਰਮਾਨ ਅਤੇ ਮਿਰਜ਼ਾ ਸਾਹਿਬ ਤੋਂ ਛੁਡਾਓ ਜਾਨ। ਤੋ ਜਮਾਤ ਅਹਿਮਦੀਆ ਨੇ ਆਪਕੇ ਸਾਹਮਣੇ ਕਭੀ ਸਾਬਿਤ ਨਹੀਂ ਕੀਆ ਕਿ ਮੈਨੇ ਤੋ ਮਸਰੂਰ ਭਾਈ ਕੀ ਲਾਈਫ ਪੇ ਔਰ ਤਲਤ ਭਾਈ ਕੀ ਲਾਈਫ ਪੇ ਹਜ਼ਾਰੋਂ ਬਾਰ ਦੇਖਾ ਹੈ ਕਿ ਵੋ ਤੋ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਕੋ ਆਹਲੇ ਬੈਤ ਮੇਂ ਸੇ ਸਾਬਿਤ ਵੀ ਕਰਤੇ ਹੈ। ਉਹ ਹਾਲੇ ਬੈਚ ਚ ਮਿਰਜ਼ਾ ਸਾਹਿਬ ਕਿਧਰ ਹੋ ਗਏ? ਚਲੇ ਮੈਂ ਉਹ ਵੀਡੀਓ ਨਿਕਾਲ ਕੇ ਕੱਲ ਕੋਲ ਆ ਕੇ ਆਪਕੋ ਸੁਣਾ ਦੇਤਾ ਹੂੰ। ਅਗਰ ਆਪ ਮਿਰਜ਼ਾ ਸਾਹਿਬ ਸਹੀ ਹੈ ਚੈਲੰਜ ਕਰ ਰਹੇ, ਅਗਰ ਮਿਰਜ਼ਾ ਸਾਹਿਬ ਸਹੀ ਹੈ ਚੈਲੰਜ ਨਹੀਂ ਨਹੀਂ ਬਸ ਦੱਸ ਦਿਓ ਭਾਈ ਮੂੰਹ ਨਾਲ ਦੱਸ ਦਿਓ ਕਿ ਤੁਸੀਂ ਇਹ ਮੰਨਦੇ ਹੋ ਕਿ ਮਿਰਜ਼ਾ ਸਾਹਿਬ ਸਹੀ ਸੀ। ਨਹੀਂ ਹੁਣ ਕਾ ਸ਼ਜਰਾ ਬਿਲਕੁਲ ਅਹਲੇ ਬੈਸੇ ਮਿਲਤਾ ਵਾਕਈ ਹਾਂ ਇਨਨਾ ਲਿਲਾਹੀ ਵਇਨਨਾ ਇਲੈਹਿ ਰਾਜਿਊਨ। ਉਹ ਤਾਂ ਕਹਿੰਦੇ ਮੈਂ ਮੁਗਲ ਬਰਲਾਸ ਹਾਂ, ਮਿਰਜ਼ਾ ਸਾਹਿਬ ਤੋਂ ਕਹਤੇ ਮੈਂ ਮੁਗਲ ਹਾਂ। ਉਸਕਾ ਹਵਾਲਾ ਦੇ ਬਤਾਓ ਵਾਲਾ ਮੈਂ ਅਭੀ ਦੇਤਾ ਹੂੰ ਆਪਕੋ, ਅਭੀ ਆ ਜਾਤਾ ਜੀ ਵਾਲਾ। ਬਾਕੀ ਮੈਂ ਤਲਤ ਭਾਈ ਕਾ ਇਸ ਚੀਜ਼ ਪੇ ਇਤਰਾਜ਼ ਮੈਂ ਸਰ ਨਾ ਯੂਟਿਊਬ ਸੇ ਵੋ ਉਸਕਾ ਜਵਾਬ ਵੀ ਨਿਕਾਲ ਲੇ ਤੋ ਮਸਲਾ ਨਹੀਂ ਹੈ। ਜਿਤਨੇ ਵੀ ਇਤਰਾਜ਼ ਕਰਤੇ ਚਲਾ ਗਿਆ ਜੀ ਸ਼ੇਰ ਖਾਨ ਭਾਈ, ਆਪਨੇ ਤਲਤ ਸਾਹਿਬ ਕੀ ਕਬਰ ਮੇਂ ਨਹੀਂ ਜਾਣਾ, ਆਪਨੇ ਆਪਣੀ ਕਬਰ ਮੇਂ ਜਾਣਾ ਹੈ। ਬੇਸ਼ੱਕ ਆਪਣੀ ਕਬਰ ਮੇਂ ਜਾਣਾ ਹੈ, ਆਪਕੋ ਮੇਰਾ ਅੱਛੀ ਤਰ੍ਹਾਂ ਸੇ ਪਤਾ, ਆਪ ਯੇ ਬਾਤ ਨਾ ਕਰੇ। ਯੇ ਲੈ ਜੀ ਹਵਾਲਾ ਆ ਗਿਆ ਜੀ। ਅੱਛਾ ਮੁਸਾਫਰ ਸਾਹਿਬ ਮੇਰੀ ਕੌਣ ਮਨਵਲ ਟੂ ਆਇਆ ਤਾਂ ਕਹਿੰਦਾ ਜੀ ਇਮਾਮ ਬੁਖਾਰੀ, ਇਮਾਮ ਬੁਖਾਰੀ ਔਰ ਇਮਾਮ ਮੁਸਲਿਮ ਇਮਾਮ ਮਹਦੀ ਕੀ ਰਵਾਇਤ ਕੋ ਕਿਉਂ ਨਹੀਂ ਲੈ ਕੇ ਆਏ? ਤੋ ਕਿਆ ਇਮਾਮ ਮਹਦੀ ਔਰ ਇਮਾਮ ਬੁਖਾਰੀ ਰਹਿਮਹੁਲਾ ਜੋ ਹੈ ਵੋ ਜ਼ਾਇਫ ਸਮਝ ਕੇ ਨਹੀਂ ਲੈ ਕੇ ਆਏ? ਯੇ ਦਲੀਲ ਕਹਾਂ ਪੇ ਹੈ? ਜਬਕਿ ਖੁਦ ਸ਼ਰ੍ਹਾ ਜੋ ਹੈ ਇਮਾਮ ਨਵੀ ਵੋ ਵਹਾਂ ਪੇ ਇਮਾਮ ਮੁਸਲਿਮ ਕਾ ਕੌਲ ਇਮਾਮ ਬੁਖਾਰੀ ਕਾ ਕੌਲ ਫਤਹੁਲ ਬਾਰੀ ਮੇਂ ਵੀ ਮੌਜੂਦ ਹੈ। ਤੋ ਵੋ ਖੁਦ ਫਰਮਾਤੇ ਹੈ, ਯਹਾਂ ਸੇ ਮੈਂ ਇੱਕ ਹਵਾਲਾ ਪੇਸ਼ ਕਰ ਦੇਤਾ ਹੂੰ ਮੁਕੱਦਮਾਤੁਲ ਇਬਨ ਸੀਨਾ। ਵੋ ਫਰਮਾਤੇ ਹੈ ਜੀ ਜੀ ਅੱਛਾ ਵੋ ਕਹਤੇ ਹੈ ਕਿ ਹਮੇ ਇਮਾਮ ਬੁਖਾਰੀ ਰਹਿਮਹੁਲਾ ਸੇ ਯਹ ਰਵਾਇਤ ਪੁੱਛੀ ਹੈ ਕਿ ਆਪਨੇ ਫਰਮਾਇਆ ਮੈਨੇ ਆਪਣੀ ਕਿਤਾਬ ਮੇਂ ਅੱਛਾ ਵੋ ਕਹਤੇ ਹੈ ਕਿ ਵੋ ਬਹੁਤ ਸੀ ਐਸੀ ਅਹਾਦੀਸ ਜੋ ਕਿ ਇਮਾਮ ਬੁਖਾਰੀ ਰਹਿਮਹੁਲਾ ਕੋ ਯਾਦ ਸੀ ਸਹੀ ਥੀ ਲੇਕਿਨ ਉਹਨਾਂ ਨੇ ਆਪਣੀ ਕਿਤਾਬ ਮੇਂ ਉਨਕੋ ਦਰਜ ਨਹੀਂ ਕੀਆ। ਇਸੀ ਤਰ੍ਹਾਂ ਹਮੇ ਇਮਾਮ ਮੁਸਲਿਮ ਰਹਿਮਹੁਲਾ ਸੇ ਯਹ ਬਾਤ ਪੁੱਛੀ ਕਿ ਆਪਨੇ ਫਰਮਾਇਆ ਐਸੀ ਬਾਤ ਨਹੀਂ ਹੈ ਕਿ ਮੈਨੇ ਵੋ ਹਰ ਹਦੀਸ ਜੋ ਮੇਰੇ ਨਜ਼ਦੀਕ ਸਹੀ ਹੈ ਉਸੇ ਕਿਤਾਬ ਮੇਂ ਰੱਖ ਦਿਆ ਹੈ ਹਰ ਹਦੀਸ ਕੋ, ਯਾਨੀ ਕਿ ਬਹੁਤ ਸੀ ਐਸੀ ਸਹੀ ਹਦੀਸ ਸੀ ਵੋ ਆਪਣੀ ਕਿਤਾਬ ਮੇਂ ਨਹੀਂ ਲੈ ਕੇ ਆਏ ਜਿਤਨੀ ਉਨਕੋ ਜ਼ਰੂਰਤ ਥੀ ਜੋ ਉਹਨੇ ਬਾਬ ਬਾਂਧੇ ਉਸ ਹਵਾਲੇ ਸੇ ਉਨਕੋ ਜਿਤਨੀ ਜ਼ਰੂਰਤ ਥੀ। ਤੋ ਕਿਆ ਜੋ ਬਾਕੀ ਕਿਤਾਬੇ ਹੈ ਤੋ ਉਨਮੇਂ ਕਿਆ ਸਹੀ ਹਦੀਸ ਨਹੀਂ ਆਈ? ਇਸਕਾ ਮਤਲਬ ਹੈ ਕਿ ਜੈਸੇ ਆਜ ਕੱਲ੍ਹ ਇੱਕ ਮਿਰਜ਼ਾ ਇੰਜੀਨੀਅਰ ਹੈ ਜੋ ਕਹਤਾ ਹੈ ਕਿ ਇਮਾਮ ਬੁਖਾਰੀ ਇਮਾਮ ਮੁਸਲਿਮ ਇਮਾਮ ਬੁਖਾਰੀ ਇਮਾਮ ਮੁਸਲਿਮ ਸਿਰਫ ਇਨ ਉਹ ਦੋ ਕੁਤਬ ਕੇ ਵੋ ਹਵਾਲੇ ਦੇਤਾ ਹੈ ਉਸੀ ਕੋ ਕਹਿੰਦਾ ਹੈ ਠੀਕ ਹੈ ਯਹੀ ਕਾਮ ਮਿਰਜ਼ਾ ਸਾਹਿਬ ਨੇ ਵੀ ਆਪਣੇ ਦੌਰ ਮੇਂ ਕੀਆ ਹੁਆ ਹੈ। ਵੋ ਕਹਤੇ ਹੈ ਕਿ ਨਾ ਕਰੋ ਇਹ ਤਨੋ ਇਹ ਖਲੀਫਾ ਵਕਤ ਦੇ ਤੁਹਾਡੇ ਗੱਲ ਪੈ ਜਾ ਨਾ ਮੇਰੇ ਤਾਂ ਇੰਜੀਨੀਅਰ ਨੂੰ ਗਲਤ ਨਾ ਕਹੋ। ਅੱਛਾ ਯਹਾਂ ਪੇ ਦੇਖੇਗੀ ਅਬ ਬਾਤ ਤੋਂ ਬਾਤ ਵਹੀ ਹੋ ਗਈ ਮੁਸਾਫਰ ਭਾਈ, ਬਾਤ ਤੋਂ ਬਾਤ ਵਹੀ ਹੋ ਗਈ ਕਿ ਆਪਨੇ ਮਾਨਵੀ ਮਿਰਜ਼ਾ ਸਾਹਿਬ ਕੀ ਹੈ ਨਬੀ ਸਲਾਤੁ ਵਸਲਾਮ ਕੇ ਕੋਲ ਕੀ ਨਹੀਂ? ਨਹੀਂ ਨਹੀਂ ਹਜ਼ਰਤ ਵੋ ਚਾਹੇ ਸਲਮ ਕੀ ਬਾਤ ਸਬਸੇ ਉੱਪਰ ਹੈ, ਆਪ ਹਦੀਸ ਬਤਾਏ ਤੋ ਸਹੀ, ਮੈਂ ਯਹੀ ਤੋ ਕਹਿ ਰਹਾ ਹੂੰ ਕੋਈ ਹਦੀਸ ਬਤਾਏ ਆਪਨੇ ਦੇਖੀ ਕਿ ਆ ਭਾਈ ਕੋਈ ਹਵਾਲਾ ਦੇ ਦੇ ਤੇ ਆਪਨੇ ਵੋ ਵੀ ਸਲਾਮ ਨੇ ਫਰਮਾਇਆ ਕਿ ਵੋ ਰੱਦ ਕਰ ਦਿਏ ਫਾਤਿਮਾ ਵਾ ਇਤਰਤੀ ਹੋਣਗੇ ਉਨਕੀ ਅਹਲੇ ਬੈਤ ਮੇਂ ਸੇ ਹੋਣਗੇ, ਆਪਕੋ ਬਤਾਈ ਤੋ ਹੈ, ਆਪ ਮਾਨੇ ਇਸਕੋ ਔਰ ਬੋਲੇ ਕਿ ਮਿਰਜ਼ਾ ਸਾਹਿਬ ਜੋ ਹੈ ਵੋ ਅਭੀ ਆਪਨੇ ਕਹਾ ਕਿ ਸੈਯਦ ਥੇ, ਠੀਕ ਹੈ ਜੀ, ਅਭੀ ਆਪਕਾ ਵਜੂਦ ਵੀ ਵੋ ਮਿਰਜ਼ਾ ਸਾਹਿਬ ਇਹਨੋ ਨੇ ਯੇ ਕਹਿ ਰਹੇ ਥੇ ਕਿ ਵੋ
लाइक ये कोई हजरत मसीह मुद्दम से कोई हवाला पेश करने वाले वो दे दे जी, ये रूहानी खजान जिल्द 13 है, सफ़ा नंबर 162 है। मिर्ज़ा साहब इस पे लिखते हैं, अब मेरे सवाने इस तरह पर हैं कि मेरा नाम ग़ुलाम अहमद, मेरे वालद साहब का नाम ग़ुलाम मुर्तज़ा और दादा साहब का नाम अता मोहम्मद और मेरे परदादा का नाम गुल मोहम्मद था, और जैसा कि बयान किया गया है हमारी कौम मुग़ल बरलास है। ठीक हो गया जी जी मम्मा को बोलो आलू है। हाँ जी हूँ दसो अच्छा वो इस हवाले मुसाफिर साहब बंदा झूठ वो मारे जेड़ा को बाण जड़ो ही जावे। मिर्ज़ा साहब ने तो सारी जिंदगी ने क्या मैं सैयद नहीं हैगा, सैयद हैगा ते आया था एक अजर में शम्स हकीकत है क्यों नहीं सी आया सैयद, वो तो मुगल सी, तुसी आन के पकड़ के उन्होंने सैयद बनाता। रूहानी खजान जिल्द 13 सफा नंबर 162 इधर लगाए ना थोड़ा सा। अच्छा लगा देते छोटी सरकार के जिया भाई हवाले नहीं जिया भाई बात सुने, जब वो ये कह रहे हैं कि सैयद है मिर्ज़ा साहब इनकार कर रहे हैं कि मैं सैयद नहीं हूं, छोटी सरकार इधर ही है इसको लेना इधर जैसे खुद भी तजाद पैदा छोटी सरकार को टेबल चले जी वो हेल्पलाइन ले लें नीचे से छोटी सरकार को बुला लें हेल्पलाइन मिला लें जी नीचे जिया भाई लाओ ना स्क्रीन पे लाओ जरा हवाला मैं लान लगा एक मिनट छोटी सरकार दंदिया ना काढ़े उत्ते आया चौप करके आवाज कट रही है ਲੇਕਿਨ ਉਹ ਬੈਸੀ ਪੈ ਜਾਣਾ ਨਾ ਜਵਾਬ ਦੇ ਕੇ ਡਾਕਟਰ ਡੇਰੀ ਸਾਹਿਬ ਉਹ ਠਹਿਰ ਜੂਣ ਚੁੱਪ ਕਰੋ ਕੱਲੇ ਵੇ ਸਮਾਨ ਅਲੀ ਸਾਹਿਬ ਤੇ ਡਾਕਟਰ ਡੇਰੀ ਸਾਹਿਬ ਮੈਨੂੰ ਇਹ ਦੱਸੋ ਕਿ ਕਿਆ ਜਿਹੜਾ ਬੰਦਾ ਆਤਮਾ ਦੀ ਨਸਲ ਚ ਹੋਏਗਾ ਅਲੀ ਦੀ ਨਸਲ ਚ ਹੋਏਗਾ ਉਹ ਸੈਯਦ ਕਹਲਾਏਗਾ ਦੱਸੋ ਜੀ ਬਿਲਕੁਲ ਸੈਯਦ ਸਾਦਾਤ ਵਹੀ ਹੈ ہاں جی بالکل وہی ہے کہ جو اہل بیت میں سے ہیں نا اور حضرت فاطمہ رضی اللہ عنہ کے نسب سے ہیں تو وہ سید ہیں ان کو سید کہلائیں گے اہل بیت سیدہ فاطمہ رضی اللہ عنہ کی جو نسل سے ہیں ان کو اہل بیت ہی کہا جاتا ہے اور کیا کہا جاتا ہے سید ہی کہا جاتا ہے اہل بیت کو یہ لیں جی حوالہ آ گیا جی مسافر صاحب آپ ہاں
اب میرے سوانے اس طرح پر ہیں بقیہ حاشیہ کہ میرا نام غلام احمد میرے والد صاحب کا نام غلام مرتضیٰ ہاں جی تسی کی کرن لگے ہو ڈاکٹر صاحب ایک منٹ عثمان علی رضوی صاحب ہر سید جیڑا صرف وہی حضرت علی تے فاطمہ دی اہل بیت چوں ہیں اور کوئی بندہ نہیں اہل بیت چوں بالکل 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 کہ جڑا حضرت علی رضی اللہ تعالی عنہ تے جڑے حضرت فاطمہ رضی اللہ تعالی عنہا دی اولاد چ نہ وہی سید نے ٹھیک ہے جڑے ملک تے وہاں نے کیا ہے حضرت علی دی اولاد تو نہیں ہے نہیں 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 حضرت علی رضی اللہ تعالی عنہ تے حضرت فاطمہ دی اولاد چوں جننے بھی نہیں وہ سارے سید نے ਮੈਂ ਕਹਿਣ ਡਿਆ ਕਿ ਮਲਕ ਜਿਹੜੇ ਨੇ ਇਹ ਹਜ਼ਰਤ ਅਲੀ ਦੀ ਔਲਾਦ ਚ ਨਹੀਂ ਹੈ ਮਲਕਵਾਨ ਜਿਹੜੇ ਹੁੰਦੇ ਭਾਈ ਮਲਕ ਇਹ ਮਲਕ ਹੁਣ ਜ਼ਾਤ ਆ ਜਾਂ ਪਤਾ ਨਹੀਂ ਕੋਈ ਇਹ ਕਿਸੇ ਨੇ ਆਪਣੇ ਕੋਈ ਪੇਸ਼ੇ ਦੇ ਹਿਸਾਬ ਨਾਲ ਕੋਈ ਨਾਮ ਰੱਖ ਲਿਆ ਮੈਨੂੰ ਨਹੀਂ ਕਨਫਰਮ ਹੈ ਲੇਕਿਨ ਸੈਯਦ ਜਿਹੜੇ ਹਜ਼ਰਤ ਅਲੀ ਤੇ ਹਜ਼ਰਤ ਫਾਤਮਾ ਦੀ ਔਲਾਦ ਚੋਂ ਨੇ ਉਹ ਸੈਯਦ ਨੇ ਗੱਲ ਤਾਂ ਸੁਣ ਲਓ ਕਿਆ ਮਲਕ ਆਪਣੇ ਨਾਲ ਸੈਯਦ ਲਾਉਂਦੇ ਨੇ ਨਹੀਂ ਨਹੀਂ ਮੈਂ ਤਾਂ ਕਦੇ ਨਹੀਂ ਵੇਖਿਆ ਵੀ ਮਲਕ ਸੈਯਦ ਲਾਉਂਦੇ ਹੋਣ ਹਾਂ ਇੱਕ ਹਜ਼ਰਤ ਅਲੀ ਦੀ ਔਲਾਦ ਚੋਂ ਨਾ حضرت فاطمہ رضی اللہ تعالیٰ عنہا دی اولاد چ جڑے ہونگے وہ حضرت فاطمہ رضی اللہ تعالیٰ عنہا دی تے ایکو ہی شادی ہے حضرت علی نال تے انہاں دی جڑی اولاد ہے وہ سارے سید ہی ہونگے ਛੋਟੀ ਸਰਕਾਰ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਇਤਰ ਤੇ ਫਾਤਮਾ ਯਾਨੀ ਸੈਯਦ ਖਾਨਦਾਨ ਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੈਂ ਉਹ ਜੀ ਛੋਟੀ ਸਰਕਾਰ ਦੱਸਾਂਗਾ ਪਹਿਲੂ ਮੈਂ ਤੁਹਾਨੂੰ ਸੈਯਦ ਮੈਂ ਤੁਹਾਨੂੰ ਦੱਸ ਦਿੱਤਾ ਕਿ ਸੈਯਦ ਉਹ ਜਿਹੜੇ ਹਜ਼ਰਤ ਫਾਤਮਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਔਲਾਦ ਚੋਂ ਜਿਹੜੇ ਨੇ ਉਹ ਸੈਯਦ ਨੇ ਬਸ ਤੁਹਾਡਾ ਬਣਾਇਆ ਹੋਇਆ ਕਾਨੂੰਨ ਤੇਰੀ ਨਾ ਮੰਨਣਾ ਉਹ ਸਾਡਾ ਨਹੀਂ ਨਾ ਕਾਨੂੰਨ ਹੈਗਾ ਉਹ ਦੁਨੀਆਂ ਦੇ ਕਾਨੂੰਨ ਨਹੀਂ ਨਾ ਅਸੀਂ ਮੰਨਣਾ ਸਾਡਾ ਕਾਨੂੰਨ ਇਹ ਨਹੀਂ ਹੈ ਹਜ਼ਰਤ ਫਾਤਮਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਔਲਾਦ ਚੋਂ ਜਿਹੜੇ ਨੇ ਉਹ ਸਾਰੇ ਸੈਯਦ ਨੇ ਮੇਰਾ ਸਵਾਲ ਇਹ ਹੈ ਕਿ ਛੋਟੀ ਸਰਕਾਰ ਤੁਸੀਂ ਆਪਣਾ ਦੱਸੋ ਕਿ ਮਿਰਜ਼ਾ ਸਾਹਿਬ ਕੀ ਸੀ ਹੈ ਮਿਰਜ਼ਾ ਸਾਹਿਬ ਕੀ ਹੈ ਸੀ ਉਹ ਸੈਯਦ ਹੈ ਸੀ ਨਹੀਂ ਹੈ ਸੀ ਇਹ ਦੱਸ ਦਿਓ ਬਸ ਜਾਂ ਸੈਯਦ ਕਹਿ ਲਓ ਜਾਂ ਇਤਰ ਤੇ ਫਾਤਮਾ ਚੋਂ ਕਹਿ ਲਓ ਇੱਕੋ ਹੀ ਗੱਲ ਹੈਗੀ ਕੀ ਸੀ ਮਿਰਜ਼ਾ ਸਾਹਿਬ ਮੈਂ ਕਹਿਣ ਡਿਆ ਕਿ ਕਿਆ ਮਲਕ ਅਵਾਨ ਜਿਹੜੇ ਉਹ ਆਪਣੇ ਆਪ ਨੂੰ ਸੈਯਦ ਕਹਿਲਵਾਉਂਦੇ ਨੇ ਉਹ ਯਾਰ ਸੈਯਦ ਕਹਿਲਵਾਉਂਦੇ ਆ ਜੀ ਤੇ ਸ਼ੀਆ ਵੀ ਕਹਿੰਦੇ ਆ ਸਾਰੇ ਅਸੀਂ ਸੈਯਦ ਆ ਔਰ ਨਹੀਂ ਕਹਿਲਵਾਉਂਦੇ ਮੈਂ ਦੇਣਾ ਜਵਾਬ ਨਹੀਂ ਕਹਿਲਵਾਉਂਦੇ ਬਈ ਕੋਈ ਕੋਈ ਕਹਿਲਵਾਏ ਨਾ ਕਹਿਲਵਾਏ ਉਹਦਾ ਕਹਿਲਵਾਉਂਦੇ ਹਾਂ ਤੇ ਫਿਰ ਉਹ ਤਲੀ ਦੀ ਅਲਾਦ ਕਰੋ ਇੱਕ ਮਿੰਟ ਠਹਿਰੋ ਇਹਨੂੰ ਮੈਂ ਨਾ ਇਹਦਾ ਜਵਾਬ ਦੇਣਾ ਵਾ ਤੁਹਾਨੂੰ ਇਸ ਗੱਲ ਦਾ ਅੱਛਾ ਤੁਸੀਂ ਜ਼ਿਲਾ ਅਨਹੋ ਦੀ ਇੱਕ ਬੀਵੀ ਸੀ ਜਿਨ੍ਹਾਂ ਵਿੱਚੋਂ ਉਸਮਾਨ ਭਾਈ ਸੀ ਜਿਹਦਾ ਨਾਮ ਸੀ ਉਸਮਾਨ ਭਾਈ ਤੇ ਖਲੀਫਾ ਵਕਤ ਭਾਈ ਜ਼ਰਾ ਸੰਭਾਲਣਾ ਮੈਂ ਨਮਾਜ਼ ਦਾ ਟਾਈਮ ਹੋ ਗਿਆ ਨਮਾਜ਼ ਪੜ੍ਹ ਕੇ ਜੀ ਜੀ ਕਰ ਰਹੇ ਨੇ ਅੱਛਾ ਗੱਲ ਐਵੇਂ ਕਿ ਹਜ਼ਰਤ ਜੀ ਜੀ ਮੈਂ ਗੱਲ ਕਹਿਣੀ ਹੈ ਸੁਣੋ ਮੇਰੀ ਗੱਲ ਜਿਹੜੇ ਲੋਕ ਆਪਣੇ ਆਪ ਨੂੰ ਮਲਕ ਅਵਾਨ ਕਹਿਲਵਾਉਂਦੇ ਨੇ ਤੁਸੀਂ ਸਵਾਲ ਕੀਤਾ ਹੈ ਕਿ ਆਪਣੇ ਆਪ ਨੂੰ ਸੈਯਦ ਬਜਾਇ ਨੂੰ ਸੈਯਦ ਨਹੀਂ ਹੈਗੀ ਨਹੀਂ ਤਾਂ ਉਹਨਾਂ ਦੇ ਨਾਲ ਲਿਖਿਆ ਹੋਵੇ ਸੈਯਦ ਮਲਕ ਅਵਾਨ
ਮੈਂ ਕੋਈ ਐਸਾ ਬੰਦਾ ਨਹੀਂ ਆਪਣੀ ਜ਼ਿੰਦਗੀ 'ਚ ਵੇਖਿਆ, ਵਿਖਾਓ ਹੈਗਾ ਤਾਂ ਕੋਈ ਵਿਖਾਓ, ਉਹ ਮਲਕਵਾਨ ਹੋਰ ਨੇ, ਠੀਕ ਹੈ, ਇਸੇ ਤਰ੍ਹਾਂ ਨਾਲ ਸੁਣ ਲਓ, ਗੱਲ ਸੁਣ ਲਓ ਨਾ ਪੂਰੀ, ਸੁਣ ਲਓ ਔਰ ਸਰ ਗੱਲ ਸੁਣ ਲਓ ਭਾਈਜਾਨ, ਇਹ ਮੈਨੂੰ ਨਹੀਂ ਪਤਾ ਹੈਗਾ, ਇਹ ਤੇ ਤੁਸੀਂ ਸਾਬਤ ਕਰਨਾ, ਤੁਸੀਂ ਲਿਆਂਦੀ ਹੈ ਗੱਲ, ਗੱਲ ਦੀ ਦਲੀਲ ਤੁਸੀਂ ਦੇਣੀ, ਮੈਂ ਥੋੜੀ ਦੇਣੀ, ਕਾਜ਼ਮੀ ਵੀ ਗੱਲ ਪੂਰੀ ਕਰ ਲੈ ਯਾਰ, ਮੈਂ ਤੁਹਾਨੂੰ, ਚਲੋ ਮੈਂ ਤੁਹਾਨੂੰ ਫੇਰ ਬਾਅਦ ਜੀ ਆਪਣੀ ਗੱਲ ਪੂਰੀ ਕਰੋ, ਫੇਰ ਉਹਨੂੰ ਕਰ ਲੈਂਦੇ, ਠੀਕ ਹੈ, ਸਮਝ ਨਹੀਂ ਆਈ ਸਾਬਤ ਕਰੋ ਬਈ, ਮੈਂ ਗੱਲ ਕਰਾਂਗਾ ਤੇ ਮੈਂ ਸਾਬਤ ਕਰਾਂਗਾ ਨਾ, ਤੇ ਜਦੋਂ ਤੁਸੀਂ ਗੱਲ ਕੀਤੀ ਤੁਸੀਂ ਸਾਬਤ ਕਰਨਾ, ਤੁਸੀਂ ਸਬੂਤ ਦੇ ਦਿਓ, ਤੁਸੀਂ ਗੱਲ ਦਿਓ ਨਾ ਕਿ ਮਲਕ ਵਾਂ ਸਹੀ ਤੋਂ ਬਣੇ, ਵਿਖਾਓ ਕੋਈ ਬੰਦਾ, ਉਹਨੂੰ ਬੋਲ ਲੈਣ ਦੋ, ਸ਼ੇਰ ਖਾਨ ਨੂੰ ਗੱਲ ਸਮਝਾਓ, ਛੋਟੀ ਸਰਕਾਰ ਨੂੰ ਗੱਲ ਕਰਨ ਦੋ, ਚੁੱਪ ਕਰ ਜਾਓ, ਕਰੋ ਜੀ ਗੱਲ, ਗੱਲ ਤੇ ਕਰ ਲੈਂਦੇ ਯਾਰ, ਕਰੋ ਕਰੋ ਕਰੋ, ਜਦੋਂ ਮੌਕੀ ਤੇ ਫਿਰ ਦੇਣਾ ਦੂਜੇ ਬੰਦੇ ਨੂੰ, ਆਵਾਜ਼ ਨਹੀਂ ਆ ਰਹੀ, ਆਵਾਜ਼ ਬ੍ਰੇਕ ਹੋ ਰਹੀ, ਗੱਲ ਸੈਯਦ ਨਹੀਂ, ਇਧਰ ਤੇ ਫਾਤਮਾ ਦੀ ਗੱਲ, ਸੈਯਦ ਤੇ ਜ਼ੈਦੀ ਵੀ ਕਹਿਲਾਂਦੇ ਨੇ, ਜਿਹੜੇ ਬਨੂ ਅਬਾਸ ਵਾਲੇ ਨੇ ਉਹ ਵੀ ਸੈਯਦ ਕਹਿਲਾਂਦੇ ਨੇ, ਗੱਲ ਇੱਧਰ ਤੇ ਫਾਤਮਾ ਦੀ, ਜਿਹੜੇ ਹਸਨੀ ਹੁਸੈਨੀ ਨੇ ਉਹਨਾਂ ਦੀ ਗੱਲ, ਹਾਂ ਇਹ ਗੱਲ ਕਰੋ, ਹਸਨੀ ਹੁਸੈਨੀ ਵਾਲੀ ਗੱਲ ਕਰੋ, ਇਹ ਨਾ ਗੱਲ ਕਰੋ, ਹਾਂ ਹਾਂ ਹਾਂ, ਹਦੀਸ ਦੇ ਵਿੱਚ ਲਫ਼ਜ਼ ਇੱਧਰ ਤੇ ਫਾਤਮਾ ਦੇ ਨੇ, ਹਦੀਸ ਦੇ ਵਿੱਚ ਲਫ਼ਜ਼ ਕੀ ਨੇ, ਹਦੀਸ ਦੇ ਵਿੱਚ ਲਫ਼ਜ਼ ਕੀ ਨੇ, ਕੀ ਨੇ ਬਖਾਓ, ਇੱਧਰ ਤੇ ਫਾਤਮਾ, ਫਾਤਮਾ ਅਬੇ ਅਬੀ ਤੋਂ ਜ਼ਿਆਦਾ ਭਾਈ ਨੇ ਦਿਖਾਇਆ ਕਿ ਮੈਨੇ ਤਾਂ ਨਹੀਂ ਫਾਤਮਾ, حضرت علی سے بھی ایک حدیث ہے، اس میں کہا ہے میری اولاد میں سے ہوگا، حضرت علی علیہ السلام کی، یار بات تو سنو نا، وچ نہ بولو سارے، شیر خان نو گل سمجھا، شیر خان جی تانوں سمجھ آ گئی گل، یار تسی اونوں بولن تے دیو، ਬੋਲਣ ਦਿਓ ਜੀ, ਚੁੱਪ ਕਰ ਦਿਓ ਸਾਰੇ, ਚਲੋ ਜੀ ਬੋਲੋ ਜੀ, ਬੋਲੋ ਜੀ ਬੋਲੋ, ਗੱਲ ਇੰਨੀ ਕੁ ਹੈ ਜਿੱਥੇ ਸ਼ਜਰਾ ਨਿਸਫ ਮਿਰਜ਼ਾ ਸਾਹਿਬ ਦਾ ਲਿਖਿਆ ਹੈ ਨਾ, ਉਹਦੇ 'ਚ ਉਹਨਾਂ ਦੀਆਂ ਕੁਛ ਦਾਦੀਆਂ ਅਤੇ ਕੁਛ ਨਾਨੀਆਂ 'ਚ ਉਹਨਾਂ ਦੀ ਇੱਜ਼ਤ ਜਾ ਕੇ ਫਾਤਮਾ ਨਾਲ ਫਾਤਮਾ ਦੀ, ਬਿਲਕੁਲ ਇਹੀ ਮੈਂ ਵੀ, ਮਿਰਜ਼ਾ ਤੜੀ ਆਵਾਜ਼ ਬੜੀ ਕੱਟ ਰਹੀ ਯਾਰ, ਥੋੜਾ ਜਿਹਾ ਆਪਣਾ ਫੋਨ ਹਿਲਾਓ, ਥੋੜਾ ਜਿਹਾ ਸਾਈਡ ਤੇ ਜਾਓ, ਤੜੀ ਆਵਾਜ਼ ਕੱਟ ਰਹੀ ਹੈ, ਛੋਟੀ ਸੀ ਕਰ ਬਈ, ਹੁਣ ਆ ਰਹੀ ਹੈ, ਇਹ ਗੱਲ ਕਰਨ ਦੇ ਆ ਕਿ ਜਿਹੜੇ ਯਜ਼ੀਦ ਦੀ ਨਸਲ ਹੈ ਨਾ, ਉਹ ਵੀ ਸੈਯਦ, ਠੀਕ ਹੈ, ਸੈਯਦ ਉਹਨਾਂ ਨੂੰ ਵੀ ਸੈਯਦ ਕਹੀ ਜਾਂਦਾ, ਤੇ ਹੁਣੇ ਵੀ ਵੇਖ ਲਓ ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ ਨੇ ਅਹਿਲੇ ਸੁਨਨਤ ਵਾਲ ਜਮਾਤ ਦੇ ਤਰਫੋਂ, ਉਹਨਾਂ ਦੇ ਵਿੱਚ ਜਿੱਥੇ ਟਾਈਟਲ ਦਿੱਤਾ ਗਿਆ ਸੈਯਦ ਨਾ ਅਮੀਰੁਲ ਮੋਮਿਨੀਨ ਹਜ਼ਰਤ ਯਜ਼ੀਦ, ਠੀਕ ਹੈ, ਉਹਦੇ ਨਾਲ ਸੈਯਦਨਾ ਦਾ ਲਫ਼ਜ਼ ਲੱਗਾ, ਯਾਨੀ ਕਿ ਜਿਹੜੇ ਦੇਖੋ ਉਹ ਤੇ ਸਰਦਾਰ ਦੇ ਮਾਨਾ ਦੇ ਵਿੱਚ ਆਇਆ, ਇੱਥੇ ਇਮਨ ਇਤਰਤੀ ਫਾਤਿਮਾ ਯਾਰ, ਚਲੋ ਉਹ ਗੱਲ ਹੋ ਰਹੀ ਹੈ, ਸਰਦਾਰ ਦੇ ਮਾਨਾ 'ਚ ਗੱਲ ਨਹੀਂ ਹੋ ਰਹੀ, ਮੈਂ ਤਾਂ ਮੁਕਸਰ ਗੱਲ ਕਰ, ਛੋਟੀ ਸਰਕਾਰ ਇਰੈਲੀਵੈਂਟ ਗੱਲਾਂ ਨਾ ਕਰੋ, ਮੁਕਸਰ ਗੱਲ ਕਰੋ, ਹਾਂ ਪਰ ਉਹਦੇ ਨਾਲ ਨਾ ਜ਼ਿਆਰ ਰਸੂਲ ਸਾਹਿਬ ਨੇ ਪਹਿਲੇ ਹਵਾਲਾ ਲਾਇਆ ਸੀਗਾ, ਤੁਸੀਂ ਤਿੰਨ ਚਾਰ ਟੌਪਿਕ ਮਿਕਸ ਕੀਤੇ ਨੇ, ਉਹਨਾਂ 'ਚ ਇਹ ਮਿਕਸ ਕੀਤਾ ਕਿ ਹਾਂ ਇੱਕ ਤੇ ਮਿਰਜ਼ਾ ਸਾਹਿਬ ਦੇ ਨਾਮ ਦੇ ਨਾਲ ਤੁਸੀਂ ਆਖਿਆ ਸੈਯਦ ਲਾਇਆ ਕਿਉਂ ਨਹੀਂ ਗਿਆ, ਮੈਂ ਤੁਹਾਨੂੰ ਉਹਦਾ ਜਵਾਬ ਦਿੱਤਾ
ਦੂਸਰਾ ਤੁਹਾਨੂੰ ਦੱਸ ਦਿੱਤਾ ਕਿ ਮਿਰਜ਼ਾ ਸਾਹਿਬ ਦੀ ਇੱਜ਼ਤ ਕਿਹੜੀ ਸੀ, ਉਹਨਾਂ ਦੀ ਕੁਛ ਦਾਦੀਆਂ ਤੇ ਕੁਛ ਨਾਨੀਆਂ ਦੀ ਯਾਦ ਕੇ ਫਾਤਮਾ ਨਾਲ ਰੱਖਦੀ। ਦੋਨੋਂ ਜਵਾਬ ਸੈਟੀਸਫਾਈਡ ਹੋ ਗਏ, ਦੋਨੋਂ ਜਵਾਬ ਸਨ ਮੇਰੇ। ਇਸ ਤੋਂ ਇਲਾਵਾ ਅਗਰ ਕੋਈ ਹੁਣ ਸਵਾਲ ਕਿਉਂਕਿ ਤੁਸੀਂ ਵਿੱਚ ਖਿਚੜੀ ਪਕਾ ਦਿੱਤੀ ਹੈ ਤੇ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਪਈ, ਇੱਕ ਵਾਰੀ ਕਾਜ਼ਮੀ ਸਾਹਿਬ ਨੇ ਹੋਰਾਂ ਦਾ ਸਵਾਲ ਤੋਂ ਠੀਕ ਹੋ ਗਿਆ। ਛੋਟੀ ਸਰਕਾਰ ਜੀ ਕੀਤੀ ਏ, ਇਹਦੇ ਨਾਲ ਉਹ ਮੁਤਮਿਨ ਹੋਏ ਨੇ ਸ਼ੇਰ ਖਾਨ ਸਾਹਿਬ ਕਿ ਮਿਰਜ਼ਾ ਸਾਹਿਬ ਦੀਆਂ ਕੋਈ ਦਾਦੀਆਂ ਨੇ, ਉਹ ਜਾ ਕੇ ਸੈਯਦ ਖਾਨਦਾਨ ਇਹਦਾ ਸਬੂਤ ਕੀ ਹੈ ਕਿ ਮਿਰਜ਼ਾ ਸਾਹਿਬ ਦੀਆਂ ਦਾਦੀਆਂ ਜਿਹੜੀਆਂ ਸਨ ਉਹ ਸੈਯਦ ਫੈਮਿਲੀ ਚ ਸਨ। ਅੱਛਾ, ਇਹ ਸਵਾਲ ਦਾ ਇਤਰਾਜ਼, ਇਹ ਜਿਹੜਾ ਇਤਰਾਜ਼ ਹੈ ਨਾ, ਇਹਦਾ ਜਵਾਬ ਤੇ ਤਲਤ ਬਾਈ ਨੇ ਹਜ਼ਾਰ ਦਫਾ ਉੱਥੇ ਦੱਸਿਆ ਟਿਕਟੋਕ ਦੇ ਉੱਤੇ। ਇਹ ਮੇਰੀ ਜ਼ਲਾਲਤ ਹੈ ਕਿ ਮੈਨੂੰ ਇਹ ਯਾਦ ਨਹੀਂ ਹੈ, ਪਰ ਮੈਨੂੰ ਯਾਦ ਹੋਣਾ ਚਾਹੀਦਾ ਸੀਗਾ, ਮੈਂ ਲੱਖ ਵਾਰੀ ਸੁਣਿਆ। ਖੈਰ ਜੀ ਮੈਂ ਦੱਸ ਦੇਣਾ, ਸਬੂਤ ਮੰਗਣ ਦੇ ਸਬੂਤ ਕਿਹਦੇ ਕੋਲ ਅੱਜ ਦੇ ਸੈਯਦ ਦੇ ਕੋਲ, ਕਿਹਦੇ ਕੋਲ ਕਿਹੜਾ ਸਬੂਤ ਹੈ ਕਿ ਉਹ ਹਜ਼ਰਤ ਬਿਲਕੁਲ ਠੀਕ ਗੱਲ, ਬਿਲਕੁਲ ਠੀਕ ਗੱਲ, ਸਬੂਤ ਹੁੰਦਾ, ਉਸ ਤੋਂ ਇਲਾਵਾ ਕੋਈ ਸਬੂਤ ਨੀ ਹੁੰਦਾ। ਹੁਣ ਕਿਸੇ ਨੇ ਵੀ ਜਾ ਕੇ ਮੰਨੇ ਨਾ ਮੰਨੇ, ਹਾਂ ਕੋਈ ਮੰਨੇ ਨਾ ਮੰਨੇ, ਮੰਨੇ ਨਾ ਮੰਨੇ, ਉਹੀ ਗੱਲ ਕੋਈ ਵੀ ਬੰਦਾ ਆਪਣਾ ਲਿਖ ਕੇ ਜਾਂਦਾ ਛੋਟੀ ਸਰਕਾਰ ਬਈ, ਸ਼ਜਰਾ ਨਸਬ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਆਪਣਾ ਆਪ ਲਿਖ ਕੇ ਵੀ ਜਾਂਦਾ, ਹੋ ਸਕਦਾ ਬੰਦਾ ਲਿਖਦਾ ਵੀ ਹੋਵੇ। ਸ਼ਜਰਾ ਨਸਬ ਕਿਰੇ ਬਿਆਨ ਕੀਤਾ ਹੈ ਆਪਣਾ, ਜਾਂ ਕਿਰੇ ਗੱਲ ਆਖੀ ਹੈ ਕਿ ਮੇਰੇ ਸ਼ਜਰਾ ਨਸਬ ਚ ਇਹ ਗੱਲ ਸਾਬਤ ਹੁੰਦੀ। ਇਸ ਗੱਲ ਦਾ ਮਕਸਦ ਕੀ ਹੈ ਮੈਨੂੰ ਇਹ ਨਹੀਂ ਪਤਾ। ਨਹੀਂ ਮਕਸਦ ਮੈਂ ਤੁਹਾਨੂੰ ਦੱਸਣਾ ਵਾ, ਜਿਸੇ ਗੱਲ ਅੱਗੇ ਟੁਰੇ ਦੀ ਤੁਹਾਨੂੰ ਪਤਾ ਲੱਗ ਜਾਂਦਾ ਉਹਦਾ ਮਕਸਦ ਕੀ ਹੈ। ਮਿਰਜ਼ਾ ਸਾਹਿਬ ਆਂਦੇ ਨੇ ਕਿ ਸਵਾਏ ਇਲਹਾਮ ਦੇ ਮੇਰੇ ਕੋਲ ਕੋਈ ਸਬੂਤ ਨਹੀਂ ਇਸ ਗੱਲ ਦਾ ਕਿ ਮੈਂ ਉਸ ਖਾਨਦਾਨ ਚ ਹਾਂ, ਸਵਾਏ ਇਲਹਾਮ ਦੇ ਮੇਰੇ ਕੋਈ ਸਬੂਤ ਨਹੀਂ। ਜਿਹੜੇ ਖਾਨਦਾਨੀ ਕਾਗਜ਼ ਨੇ ਨਾ, ਮੈਂ ਦੱਸ ਦਿੰਦਾ, ਮੈਂ ਇਹਦਾ ਜਵਾਬ ਦੇ ਦਿੰਦਾ। ਅਗਰ ਮਿਸਾਲ ਦੇ ਤੌਰ ਤੇ, ਅੱਛਾ ਚਲੋ ਕਰ ਲਓ ਮਾਫ਼ ਕਰ ਲਓ ਤੁਸੀਂ, ਤੁਹਾਡੇ ਸਿਗਨਲ ਜਿਹੜੇ ਨੇ ਨਾ ਰੈੱਡ ਹੋ ਗਏ ਨੇ, ਤੇ ਜਿਸ ਵੇਲੇ ਗੱਲ ਦੇ ਵਿੱਚ ਤੁਸੀਂ ਬੋਲ ਪੈਂਦੇ ਹੋ ਤੇ ਉਹ ਤੁਹਾਨੂੰ ਪਤਾ ਨਹੀਂ ਲੱਗਦਾ, ਜ਼ਾਹਿਰ ਮੈਂ ਵੀ ਆਉਂਦਾ ਮੈਨੂੰ ਵੀ ਨਹੀਂ ਪਤਾ ਲੱਗਣ ਲੱਗਾ। ਤੁਸੀਂ ਜਾਂ ਗੱਲ ਕਰ ਲਓ ਤੇ ਜਾਂ ਸੁਣ ਲਓ ਜਾਂ ਰੁਕ ਜਾਓ ਜਦ ਤੱਕ ਤੁਹਾਡੇ ਸਿਗਨਲ ਓਕੇ ਨਹੀਂ ਹੋ ਜਾਂਦੇ। ਅਸੀਂ ਗੱਲ ਸਿਰਫ ਸਮਝਾਉਣੀ ਹੈ ਸ਼ੇਰ ਖਾਨ ਸਾਹਿਬ ਨੂੰ। ਸ਼ੇਰ ਖਾਨ ਸਾਹਿਬ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਸਵਾਏ ਇਲਹਾਮ ਦੇ ਮੇਰੇ ਕੋਲ ਹੋਰ ਕੋਈ ਸਬੂਤ ਨਹੀਂ ਕਿ ਮੇਰਾ ਤਲਕ ਉਸ ਖਾਨਦਾਨ ਹੈ। ਇਲਹਾਮ ਦੇ ਉੱਤੇ ਇਤਬਾਰ ਜੇ ਜਾਂ ਕੋਈ ਡਾਕੂਮੈਂਟਰੀ ਪਰੂਫ ਜੇ, ਇਹ ਮੈਂ ਪੁੱਛਣਾ ਪਿਆ। ਮੈਂ ਜਵਾਬ ਦੇ ਦਾਂ ਇਹਦਾ ਥੋੜ੍ਹਾ ਜਿਹਾ, ਜਵਾਬ ਦੇ ਦਾਂ ਜੀ। ਗੱਲ ਇਹ ਵੇ ਕਿ ਮੇਰੇ ਕੋਲ ਅਗਰ ਇੱਕ ਪਾਸੇ ਹਦੀਸ ਹੋਵੇ
ਠੀਕ ਹੈ, ਤੇ ਦੂਜੇ ਪਾਸੇ ਇਲਹਾਮ ਹੋਵੇ। ਹਦੀਸ ਵੇਖ ਲਓ ਕੀ ਹੈ, ਹਦੀਸ ਕਿਹਨਾਂ ਨੇ ਲਿਖੀ ਹੈ, ਮੈਂ ਉਹਨਾਂ ਦੀ ਗੱਲ ਕਰਨ ਡਿਆ ਜਿਹੜਾ 250-300 ਸਾਲਾਂ ਬਾਅਦ ਦਿੱਤੀ ਸਾਡੀ। ਐਗਜ਼ੈਕਟਲੀ ਠੀਕ ਹੈ। ਹਾਂ, ਅਗਰ ਇੱਕ ਪਾਸੇ ਇਲਹਾਮ ਹੋਵੇ ਤੇ ਇੱਕ ਪਾਸੇ ਹਦੀਸ ਹੋਵੇ, ਤੇ ਮੈਂ ਪਹਿਲੀ ਪਹਿਲੀ ਤਰਜੀਹ ਜਿਹੜੀ ਹੈ ਨਾ ਉਹ ਇਲਹਾਮ ਨੂੰ ਦੇਵਾਂ, ਇਲਹਾਮ ਨੂੰ ਦੇਣੀ ਹੈ। ਐਗਜ਼ੈਕਟਲੀ ਇੱਕ ਪਾਸੇ ਸਜਰਾ ਨਿਸਫ ਹੋਏ, ਇੱਕ ਪਾਸੇ ਇਲਹਾਮ ਹੋਏ, ਮੈਂ ਤਰਜੀਹ ਇਲਹਾਮ ਨੂੰ ਦੇਵਾਂਗਾ, ਸਜਰਾ ਨਿਸਫ ਨੂੰ ਵੀ ਦੇਵਾਂਗਾ। ਤੁਸੀਂ ਮਿਰਜ਼ਾ ਸਾਹਿਬ ਦੇ ਇਲਹਾਮ ਤੇ ਤਬਾਰ ਕੀਤਾ ਹੈ। ਸੁਣ ਲਓ ਹੁਣ ਮੈਨੂੰ ਗੱਲ ਕਰ ਲੈਣ ਦੋ, ਮਾਈਕ ਇੱਕ ਮਿੰਟ ਮਿਊਟ ਕਰੋ। ਗੱਲ ਇਹ ਹੈ, ਜਿਹੜਾ ਮਿਰਜ਼ਾ ਸਾਹਿਬ ਦਾ ਇਲਹਾਮ ਹੈ, ਤੁਸੀਂ ਉਹਦੇ ਤੇ ਤਬਾਰ ਕਰਦੇ ਹੋ ਕਿ ਖੁਦਾ ਦੀ ਤਰਫੋਂ ਇਲਹਾਮ ਉਹਨਾਂ ਨੂੰ ਹੈ? ਮੈਨੂੰ ਵੀ ਥੋੜੀ ਜੀ ਗੱਲ ਕਰ ਲੈਂਦੇ ਹੋ। ਗੱਲ ਐਵੇਂ ਕਿ ਅਗਰ ਅਸੀਂ ਹਜ਼ਰਤ ਮਸੀਹ ਅਲੈਹਿਸਸਲਾਮ ਨੂੰ ਨਬੀ ਮੰਨਦੇ ਹਾਂ, ਠੀਕ ਹੈ, ਤੇ ਫਿਰ ਉਹਨਾਂ ਦੇ ਜਿਹੜੇ ਇਲਹਾਮਾਤ ਨੇ ਉਹਨਾਂ ਦੇ ਉੱਤੇ ਸਾਡਾ ਈਮਾਨ ਲਿਆਉਣਾ, ਉਹਨਾਂ ਦੇ ਉੱਤੇ ਯਕੀਨ ਕਰਨਾ ਸਾਡੇ 'ਤੇ ਲਾਜ਼ਮ ਹੈ, ਠੀਕ ਹੈ। ਔਰ ਜਿੱਦਾਂ ਛੋਟੀ ਸਰਕਾਰ ਬਾਈ ਨੇ ਇੱਕ ਗੱਲ ਕੀਤੀ ਹੈ ਨਾ ਕਿ ਉਹ ਹਦੀਸ ਇੱਕ ਬੰਦੇ ਨੇ ਲਿਖੀ ਨੇ, ਠੀਕ ਹੈ, ਔਰ ਕਿੱਦਾਂ ਲਿਖੀਆਂ ਗਈਆਂ ਹਦੀਸਾਂ ਜਾਂ ਕਿੰਨੀਆਂ ਉਹਨਾਂ ਦੇ ਵਿੱਚ ਜ਼ਈਫ ਨੇ ਜਾਂ ਕਿੱਦਾਂ ਨੇ, ਉਹਨਾਂ ਦੀ ਚੀਜ਼ ਹੀ ਅਲੱਗ ਹੈ। ਠੀਕ ਹੈ, ਆ ਗਈ ਗੱਲ ਸਮਝ, ਉਹੀ ਗੱਲ ਤੁਸੀਂ ਕਰ ਰਹੇ ਹੋ ਕਿ ਤੁਹਾਡੀ ਨਜ਼ਰ 'ਚ ਹਦੀਸਾਂ ਜਿਹੜੀਆਂ ਨੇ ਨਾ, ਜਦੋਂ ਤੁਸੀਂ ਇਮਾਨ ਜਦੋਂ ਤੁਸੀਂ ਇਮਾਨ ਲੈਂਦੇ ਹੋ ਨਾ ਇੱਕ ਨਬੀ ਦੇ ਉੱਤੇ, ਫਿਰ ਉਹ ਤੁਹਾਡੇ ਉੱਤੇ ਉਹ ਚੀਜ਼ ਹੀ ਅਲੱਗ ਹੋ ਜਾਂਦੀ ਹੈ, ਠੀਕ ਹੈ। ਫਿਰ ਤੁਹਾਨੂੰ ਚੀਜ਼ਾਂ ਖੁੱਲ ਜਾਂਦੀਆਂ ਨੇ ਸਾਡੇ ਸਾਹਮਣੇ, ਉਹ ਚੀਜ਼ਾਂ ਖੁੱਲੀਆਂ ਨੇ ਸਾਨੂੰ ਸਮਝ ਆਉਂਦੀਆਂ ਨੇ, ਤੁਹਾਨੂੰ ਸਮਝ ਨਹੀਂ ਆ ਰਹੀਆਂ। ਜੀ ਜੀ ਸ਼ੇਰ ਖਾਨ ਸਾਹਿਬ, ਗੱਲ ਤੁਰੀ ਵੀ ਇੱਥੋਂ ਹੀ ਸੀ ਤੇ ਗੱਲ ਭੌਂ ਕੇ ਫਿਰ ਉੱਥੇ ਹੀ ਆ ਗਈ। ਤੁਸੀਂ ਨਬੀ ਪਾਕ ਦੀ ਹਦੀਸ ਦੇ ਮੁਤਾਬਕ ਮਿਰਜ਼ਾ ਸਾਹਿਬ ਨੂੰ ਪਰਖਣਾ ਜਾਂ ਮਿਰਜ਼ਾ ਸਾਹਿਬ ਦੇ ਇਲਹਾਮ ਦੇ ਮੁਤਾਬਕ ਤੁਸੀਂ ਨਬੀ ਪਾਕ ਦੀ ਹਦੀਸ ਨੂੰ ਪਰਖਣਾ? ਇਹਨਾਂ ਦੋਵਾਂ 'ਚ ਫੈਸਲਾ ਕਰਕੇ ਦੱਸ ਦਿਓ। ਨਬੀ ਪਾਕ ਸੱਲਲਲਾਹੁ ਅਲੈਹਿ ਵਸਲਮ ਦੀ ਹਦੀਸ ਔਖਾ ਸਵਾਲ ਹੈ, ਪਰ ਮਿਕਸ ਹੈ। ਮੈਨੂੰ ਲੱਗਦਾ ਹੈ ਕਿ ਕਿਸੇ ਜਗ੍ਹਾ 'ਤੇ ਕੋਈ ਜ਼ਈਫ ਹਦੀਸਾਂ ਨੇ, ਉੱਥੇ ਹਜ਼ਰਤ ਮਸੀਹ ਮੌਊਦ ਅਲੈਹਿਸ ਸਲਾਮ ਦੇ ਇਲਹਾਮਾਤ, ਜਾਂ ਮੈਨੂੰ ਲੱਗਦਾ ਹੈ ਕਿ ਸ਼ੇਰ ਖਾਨ ਜੀ, ਮੈਂ ਤੁਹਾਡੀ ਮਦਦ ਕਰ ਦੇਣਾ, ਜਿਹੜੀਆਂ ਜ਼ਈਫ ਹਦੀਸਾਂ ਨੇ ਜਿਨ੍ਹਾਂ ਨੂੰ ਮੁਹੱਦਸੀਨ ਨੇ ਜ਼ਈਫ ਆਖਿਆ, ਉਹਨਾਂ ਨੂੰ ਅਸੀਂ ਵੀ ਨਹੀਂ ਮੰਨਦੇ ਹੈ। ਅਸੀਂ ਗੱਲ ਪੇ ਕਰਨੀ ਹੈ ਸਹੀ ਹਦੀਸ ਦੀ, ਸਹੀ ਹਦੀਸ ਸਾਬਤ ਹੋ ਜੇ ਸਨਦ ਨਾਲ, ਸਹੀ ਹਦੀਸ। ਸਹੀ ਹਦੀਸ ਤੁਸੀਂ ਕਿਦਾਂ ਹੈ? ਇੱਕ ਮਿੰਟ, ਸਨਦ ਫੇਰ ਵੀ ਨਬੀ ਥੋੜੀ ਹੈ। ਸੁਣੋ ਸਹੀ ਨਾ, ਸੁਣੋ ਸਹੀ ਨਾ, ਜਿਹੜੀ ਜ਼ਈਫ ਹਦੀਸ ਉਹਦਾ ਤਾਂ ਵਿੱਚੋਂ ਜ਼ਿਕਰ ਹੀ ਛੱਡ ਦਿਓ, ਕਿਉਂਕਿ ਉਹ ਸਾਡੇ ਨਜ਼ਦੀਕ ਵੀ ਉੱਜਤ ਨਹੀਂ ਹੈ ਤੁਹਾਡੇ ਨਜ਼ਦੀਕ। ਜਿਹੜੀ ਸਹੀ ਹਦੀਸ ਹੈ, ਇੱਕ ਪਾਸੇ ਉਹ ਹੋਵੇ, ਇੱਕ ਪਾਸੇ ਮਿਰਜ਼ਾ ਸਾਹਿਬ ਦਾ ਇਲਹਾਮ ਹੋਵੇ, ਤੁਸੀਂ ਹਦੀਸ ਦੀ ਨਜ਼ਰ 'ਚ ਮਿਰਜ਼ਾ ਸਾਹਿਬ ਨੂੰ ਪਰਖਣਾ ਹੈ ਜਾਂ ਮਿਰਜ਼ਾ ਸਾਹਿਬ ਦੇ ਇਲਹਾਮ ਦੀ ਨਜ਼ਰ 'ਚ ਹਦੀਸ ਨੂੰ ਪਰਖਣਾ? ਇਹਦਾ ਜਵਾਬ ਮੇਰਾ ਜਿਹੜਾ ਈਮਾਨ ਹੈ ਨਾ ਉਹਦੇ ਮੁਤਾਬਕ ਅਗਰ ਮੈਂ ਦੇਖਾਂ, ਅਤੇ ਹਦੀਸ ਜਿਹੜੀ ਲਿਖੀ ਹੈ ਨਾ ਉਹ ਇੱਕ ਇਨਸਾਨ ਨੇ ਲਿਖੀ ਹੈ, ਆਮ ਨੋਰਮਲ। ਔਰ ਜਿੱਦਾਂ ਹਜ਼ਰਤ ਮਸੀਹ ਮੌਊਦ ਅਲੈਹਿਸ ਸਲਾਮ ਦੀਆਂ ਕਿਤਾਬਾਂ ਲਿਖੀਆਂ ਨੇ ਇਨਸਾਨਾਂ ਨੇ ਆਮ, ਮਗਰ ਕਿਉਂਕਿ ਉਹ ਨਬੀ ਨੇ ਔਰ ਉਹਨਾਂ ਦੇ ਇਲਹਾਮਾਤ ਨੇ ਔਰ ਉਹ ਕੋਟ ਕੀਤੇ ਗਏ ਨੇ, ਅਤੇ
ਯਾਰ ਇਹਦਾ ਕੰਪੈਰੀਜ਼ਨ ਨਾ ਲਾਈਕ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੇ ਇਲਹਾਮਾਤ ਵੀ ਇਨਸਾਨ ਨੇ ਲਿਖੇ ਨੇ ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਵੀ ਉਹ ਇਨਸਾਨ ਨੇ ਲਿਖੀ ਹੈ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਪਰ ਇਹਦਾ ਕੰਪੈਰੀਜ਼ਨ ਨਹੀਂ ਅਸੀਂ ਉਹ ਕਰ ਨਹੀਂ ਸਕਦੇ ਨਾ ਪੋਸੀਬਲ ਨਹੀਂ ਕਰ ਨਹੀਂ ਸਕਦੇ ਹਾਂ ਮਗਰ ਇਲਹਾਮਾਤ ਅਗਰ ਸਾਹਮਣੇ ਪਏ ਹੋਣ ਨਾ ਲਾਈਕ ਸਾਡੇ ਸਾਹਮਣੇ ਕੋਰਟ ਹੋਣ ਮਤਲਬ ਮੇਰੇ ਸਾਹਮਣੇ ਮਨੋਵਨ ਪਏ ਹੋਣ ਤੇ ਫਿਰ ਮੈਂ ਬਿਲਕੁਲ ਕਹਾਂਗਾ ਕਿ ਹਾਂ ਹਦੀਸ ਕਿਉਂਕਿ ਇਨਸਾਨ ਨੇ ਲਿਖੀ ਹੈ ਤੇ ਫਿਰ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀ ਮੈਂ ਤਰਜੀਹ ਪਹਿਲੇ ਮੈਂ ਤੁਹਾਡੀ ਹੋਰ ਮਦਦ ਕਰ ਸੁਣੋ ਮੇਰੀ ਗੱਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਤੁਹਾਨੂੰ ਇਹ ਯਕੀਨ ਹੋਵੇ ਕਿ ਇਹ ਜਿਹੜਾ ਮਿਰਜ਼ਾ ਸਾਹਿਬ ਦਾ ਇਲਹਾਮ ਹੈ ਇਹ ਖੁਦਾ ਦੀ ਤਰਫੋਂ ਪਿਆ ਨਾਜ਼ਲ ਹੁੰਦਾ ਕੋਈ ਸ਼ੈਤਾਨ ਜਾਂ ਜਿੰਨ ਇਹਨਾਂ ਨੂੰ ਧੋਖਾ ਨਹੀਂ ਪਿਆ ਦਿੰਦਾ ਫਿਰ ਤਾਂ ਤੁਸੀਂ ਮਿਰਜ਼ਾ ਸਾਹਿਬ ਦੇ ਇਲਹਾਮ ਨੂੰ ਤਰਜੀਹ ਦਿਓਗੇ ਕਿਉਂਕਿ ਹਦੀਸਾਂ ਜਿਹੜੀਆਂ ਨੇ ਉਹ ਬੰਦਿਆਂ ਨੇ ਇਕੱਠੀਆਂ ਕੀਤੀਆਂ ਨੇ ਲੇਕਿਨ ਜੇ ਤੁਹਾਨੂੰ ਇਹ ਯਕੀਨ ਨਾ ਹੋਵੇ ਕਿ ਇਹ ਇਲਹਾਮ ਖੁਦਾ ਦੀ ਤਰਫੋਂ ਹੈ ਜਾਂ ਸ਼ੈਤਾਨ ਦੀ ਤਰਫੋਂ ਹੈ ਫਿਰ ਕੀ ਕਰੋਗੇ ਉਹ ਤੁਸੀਂ ਫਿਰ ਕਹਿੰਦੇ ਹੋ ਜੇ ਮੇਰੇ ਸਾਹਮਣੇ ਇਲਹਾਮ ਹੋਵੇ ਉਹਦੀ ਕੈਫੀਅਤ ਨੂੰ ਮੈਂ ਜਾਣਦਾ ਵਾਂ ਉਹਨੂੰ ਪਹਿਚਾਣਦਾ ਵਾਂ ਕਿ ਇਹ ਖੁਦਾਈ ਇਲਹਾਮ ਹੈ ਨਾ ਕਿ ਸ਼ੈਤਾਨੀ ਇਹ ਕਹਿਣਾ ਚਾਹੁੰਦੇ ਸਿਰਫ ਔਰ ਸਿਰਫ ਨਹੀਂ ਨਹੀਂ ਇਲਹਾਮ ਬੇਸ਼ੱਕ 100% ਕਿਉਂਕਿ ਮੈਂ ਇਮਾਨ ਲੈ ਕੇ ਆਉਂਦਾ ਅਤੇ ਉਹ ਖੁਦਾ ਦੀ ਤਰਫੋਂ ਹੀ ਹੈ ਇਹ ਸ਼ੈਤਾਨ ਦਾ ਤੁਸੀਂ ਵਿੱਚ ਲਫ਼ਜ਼ ਨਾ ਲੈ ਕੇ ਹੋਵੇ ਫਿਰ ਉਹ ਨਾ ਚਲੋ ਚਲੋ ਖੁਦਾਈ ਇਲਹਾਮ ਹੈ ਜਾਂ ਨਹੀਂ ਰਹਿੰਦੀ ਮੈਂ ਅਗਰ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀ ਕਿਸੇ ਕਿਤਾਬ ਦੇ ਵਿੱਚ ਅਗਰ ਉਸ ਚੀਜ਼ ਨੂੰ ਓਦਾਂ ਦੇਖਿਆ ਜਾਏ ਨਾ ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਬਰਾਬਰ ਹੈ ਨਾ ਫਿਰ ਕੋਈ ਬੰਦਾ ਉਹਨੂੰ ਵੀ ਜ਼ਈਫ ਕਹਿ ਸਕਦਾ ਉਹਨੂੰ ਵੀ ਲਾਈਕ ਜਿੱਦਾਂ ਵੀ ਨਾ ਤੁਸੀਂ ਉਹ ਜ਼ਈਫ ਜ਼ਈਫ ਕਹਿ ਸਕਦੇ ਕਿਤਾਬਾਂ ਨੂੰ ਜਾਂ ਉੱਥੇ ਉੱਥੇ ਪਰ ਅਹਿਮਦੀ ਕਹਿੰਦੇ ਨਹੀਂ ਲਾਈਕ ਸਾਡੇ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀਆਂ ਜਿਹੜੀਆਂ ਵੀ ਕਿਤਾਬਾਂ ਨੇ ਉਹ 100% ਲਿਖੀਆਂ ਗਈਆਂ ਨੇ ਔਰ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖੀਆਂ ਨੇ ਉਹਦੇ ਵਿੱਚ ਕੋਈ ਤਹਰੀਫ ਨਹੀਂ ਹੈ ਅਸੀਂ ਉਹਨੂੰ ਪੂਰਾ ਮੰਨਦੇ ਹਾਂ ਸ਼ੇਰ ਖਾਨ ਸਾਹਿਬ ਜਿਹੜਾ ਸਵਾਲ ਹੈ ਪਲੀਜ਼ ਉਹਦੇ ਤੇ ਫੋਕਸ ਕਰੋ ਹਾਂ ਜਿਹੜੇ ਇਲਹਾਮਾਤ ਨੇ ਉਹਨਾਂ ਨੂੰ ਬਿਲਕੁਲ ਮੰਨਦੇ ਆ ਹਦੀਸ ਤੋਂ ਉੱਤੇ ਮੰਨਦੇ ਤੁਸੀਂ ਉਹਨਾਂ ਇਲਹਾਮਾਤ ਨੂੰ ਕਿਉਂ ਮੰਨਦੇ ਹੋ ਕਿ ਖੁਦਾ ਦੀ ਤਰਫੋਂ ਨੇ ਇਹਦੀ ਕੀ ਵਜ੍ਹਾ ਕਿਉਂਕਿ ਉਹ ਖੁਦਾ ਤਾਲਾ ਦੇ ਨਬੀ ਨੇ ਨਹੀਂ ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਹ ਖੁਦਾ ਤਾਲਾ ਦੇ ਨਬੀ ਨੇ ਕਿੰਨੇ ਤੁਹਾਨੂੰ ਆਖਿਆ ਖੁਦਾ ਤਾਲਾ ਦੇ ਨਬੀ ਕਿਉਂਕਿ ਸਾਨੂੰ ਪਤਾ ਚੱਲਦਾ ਕਿਸ ਤਰ੍ਹਾਂ ਅਗਰ ਕੁਰਾਨ ਤੇ ਵੀ ਪਰਖੀਏ ਉਹਨਾਂ ਨੂੰ ਔਰ ਇਵਨ ਅਹਾਦੀਸ ਨੇ ਫਿਰ ਉਹ ਗੱਲ ਪਰਖੀਏ ਉਹ ਹਦੀਸ ਤੇ ਪਿੱਛਾ ਕਰ ਦੋ ਨਾ ਜਦੋਂ ਆਖਿਆ ਕਿ ਹਦੀਸਾਂ ਤੇ ਲਿਖੀਆਂ ਗਈਆਂ ਬਾਅਦ ਚ ਮਿਰਜ਼ਾ ਸਾਹਿਬ ਨੂੰ ਤੁਸੀਂ ਕਿਸ ਤਰ੍ਹਾਂ ਮੰਨ ਲਿਆ ਨਬੀ ਕਿਹੜੀ ਬੁਨਿਆਦ ਉੱਤੇ ਹਦੀਸ ਨੂੰ ਪਿੱਛੇ ਕਰ ਦਈਏ ਤੇ ਫਿਰ ਕਿੱਦਾਂ ਮੰਨਾਂਗੇ ਐ ਸ਼ਾਬਾਸ਼ ਐ ਤੇ ਮੈਂ ਪਿਆਨਾ ਕਿ ਜੇ ਤੁਸੀਂ ਨਬੀ ਪਾਕ ਦੀ ਹਦੀਸ ਨੂੰ ਪਿੱਛਾ ਕਰ ਦਿੱਤਾ ਤੇ ਮਿਰਜ਼ਾ ਸਾਹਿਬ ਨੂੰ ਮੰਨਣ ਦੀ ਬੁਨਿਆਦ ਹੀ ਖਤਮ ਹੋ ਗਈ ਨਾ ਹਾਂ ਤੇ ਹਦੀਸਾਂ ਦੇ ਨਾਲ ਹੀ ਮੰਨਾਂਗੇ ਨਾ ਤੇ ਫਿਰ ਕੁਰਾਨ ਦੇ ਨਾਲ ਵੀ ਮੰਨਦੇ ਆ ਜਿੱਦਾਂ ਕੁਰਾਨ ਕਹਿੰਦਾ ਕਿ ਸਾਡਾ ਕੁਰਾਨ ਚ ਤੇ ਮਾਂ ਮਹਿੰਦੀ ਦਾ ਜ਼ਿਕਰ ਹੀ ਕੋਈ ਨਾ ਕੁਰਾਨ ਚ ਤੇ ਮਾਂ ਮਹਿੰਦੀ ਦਾ ਜ਼ਿਕਰ ਅਸੀਂ ਗੱਲ ਮਾਂ ਮਹਿੰਦੀ ਮੰਨਦੇ ਇਮਾਮ ਮਹਿਦੀ ਤੇ ਫਿਰ ਉਹ ਹੈ ਹੀ ਨਹੀਂ ਨਾ ਕਿਉਂਕਿ ਉਹ ਨਬੀ ਨੇ ਉਹ ਬਈ ਤੁਸੀਂ ਵੱਖਰੇ ਵੱਖਰੇ ਉਹ ਬਾਈ ਕਿਸ ਤਰ੍ਹਾਂ ਨਬੀ ਨੇ ਇਹੀ ਤੇ ਸਵਾਲ ਲੋਕ ਪੇ ਕਰਦੇ ਨੇ ਤੁਸੀਂ ਕਿਹੜੀ ਬੁਨਿਆਦ ਤੇ ਉਹਨਾਂ ਨੂੰ ਮੰਨਿਆ ਅਸਲ ਗੱਲ ਹੈ ਵੀ ਸ਼ੇਰ ਖਾਨ ਸਾਹਿਬ ਕਿ ਜਿਹੜੇ ਇਲਹਾਮਾਤ ਦਾ ਮਿਰਜ਼ਾ ਸਾਹਿਬ ਦਾਅਵਾ ਕਰਦੇ ਨੇ ਇਹ ਮੈਨੂੰ ਖੁਦਾ ਇਲਹਾਮ ਕਰਦਾ ਉਹਨਾਂ ਇਲਹਾਮਾਤ ਨੂੰ ਚੈੱਕ ਕਰਨ ਦਾ ਕੋਈ ਪੈਰਾਮੀਟਰ ਹੈ ਕੋਈ ਜ਼ਰੀਆ ਹੈ ਪਤਾ ਲੱਗ ਜਾਏ ਕਿ ਇਹ ਖੁਦਾ ਦੇ ਇਲਹਾਮ ਨੇ ਕਿਸੇ ਹੋਰ ਨੇ ਨਹੀਂ ਇਹਨਾਂ ਨੂੰ ਕੀਤੇ ਚਲੋ ਮੈਂ ਦੂਜੇ ਦਾ ਨਾਂ ਨਹੀਂ ਲੈਂਦਾ ਇਹ ਪਤਾ ਲੱਗ ਜਾਏ ਕਿ ਇਹ ਖੁਦਾਈ ਇਲਹਾਮਾਤ ਨੇ ਜਾਂ ਨਹੀਂ ਕੋਈ ਮਾਯਾਰ ਹੈ ਤੁਹਾਡੇ ਕੋਲ ਪੈਰਾਮੀਟਰ ਹੈ ਜੇ ਚੈੱਕ ਕਰ ਸਕਦੇ ਹੋ ਹਾਂ ਬਿਲਕੁਲ ਹਾਂ ਦੱਸੋ ਉਹ ਕੀ ਹੈ
ਮੈਂ ਹਜ਼ਾਰ ਦਫ਼ਾ ਨਾਦਰ ਬਾਈ ਦੀ ਲਾਈਵ ਤੋਂ ਸੁਣੇ ਨੇ, ਮੈਂ ਤੁਹਾਡੀ ਗੱਲਾਂ ਤੋਂ ਮੁਤਾਸਰ ਹੁੰਦਾ ਵਾ। ਜਦੋਂ ਤੁਸੀਂ ਮੇਰੇ ਕੋਲ ਸਵਾਲ ਪੁੱਛਦੇ ਹੋ ਨਾ, ਮੈਂ ਦੁਬਾਰਾ ਦੁਗਣੇ ਜੋਸ਼ ਦੇ ਨਾਲ ਜਾਂਦਾ ਵਾ, ਜਾ ਕੇ ਸੁਣਦਾ ਵਾ, ਠੀਕ ਹੈ, ਸਵਾਲ ਦਾ ਜਵਾਬ। ਹਾਂ, ਮੈਂ ਜਦੋਂ ਵੀ ਇੱਥੇ ਆ ਕੇ ਪੰਗੇ ਲੈਣਾ, ਨੋਟ ਕਰ ਲਓ, ਇਹ ਹੁਣ ਗੱਲ ਨੋਟ ਕਰ ਲਓ, ਤੁਸੀਂ ਇਹ ਪੁੱਛਣਾ ਹੈ ਕਿ ਬਈ ਮਿਰਜ਼ਾ ਸਾਹਿਬ ਦਾ ਇਲਹਾਮ ਖੁਦਾ ਦੀ ਤਰਫੋਂ ਹੈ, ਇਹਦਾ ਕੀ ਸਬੂਤ ਹੈ? ਮਿਰਜ਼ਾ ਸਾਹਿਬ ਦਾ ਇਲਹਾਮ ਸਾਡੇ ਸਾਹਮਣੇ ਜਿਹੜਾ ਆਇਆ ਕਿਤਾਬਾਂ 'ਚ ਲਿਖਿਆ, ਲਓ ਜੀ ਮਿਰਜ਼ਾ ਸਾਹਿਬ ਨੂੰ ਸਭ ਤੋਂ ਪਹਿਲਾ ਇਲਹਾਮ ਜਿਹੜਾ ਮਿਰਜ਼ਾ ਸਾਹਿਬ ਛਾਪਿਆ 1886 'ਚ, ਉਹਨੇ ਆਖਿਆ ਮੇਰੇ ਘਰ ਆ ਮੁੰਡਾ ਆਵੇਦਾ ਅਤੇ ਕਈ ਔਰਤਾਂ ਮੇਰੇ ਨਿਕਾਹ 'ਚ ਆਵਣਗੀਆਂ। 1886 ਦੀ 20 ਫਰਵਰੀ ਤੋਂ ਬਾਅਦ ਜਿਸ ਦਿਨ ਉਹਨਾਂ ਇਸ਼ਤਿਹਾਰ ਛਾਪਿਆ। ਯਾਰ ਤੁਸੀਂ ਦੇਖੋ ਇੰਜ ਇਲਜ਼ਾਮ ਨਾ ਲਾਇਆ ਕਰੋ, ਲਾਈਕ ਸਭ ਤੋਂ ਪਹਿਲੇ ਨਾ ਗੱਲ ਕਰਨੀ ਨਾ ਫਿਰ ਰੈਫਰੈਂਸ, ਯਾਰ ਇਲਹਾਮ ਨੂੰ ਪਰਖਣਾ ਹੈ ਫਿਰ ਸਭ ਤੋਂ ਪਹਿਲੇ ਰੈਫਰੈਂਸ ਦੇ ਦਿਓ, ਰੈਫਰੈਂਸ ਦੇ ਦਿੰਦੇ ਮੈਂ ਦੱਸਣਾ ਪਿਆ ਸਭ ਤੋਂ ਪਹਿਲੇ। ਨਹੀਂ ਨਹੀਂ ਅਗਰ ਦੱਸਣਾ ਹੈ ਨਾ ਸਭ ਤੋਂ ਪਹਿਲੇ ਰੈਫਰੈਂਸ ਦਿਓ, ਮੈਂ ਰੈਫਰੈਂਸ ਨਾਲ ਹੀ ਪਿਆ ਗੱਲ ਕਰਨਾ, ਤੁਸੀਂ ਸੁਣਿਆ ਨਹੀਂ ਗੌਰ ਨਾਲ। ਨਹੀਂ ਨਾ 20 ਫਰਵਰੀ ਰੈਫਰੈਂਸ ਦੇ ਹੀ ਨਹੀਂ ਰਹੇ। ਹਾਂਜੀ ਮੈਂ ਕਹਿ ਰਿਹਾ 20 ਫਰਵਰੀ 1886 ਮਜਬੂਆ ਇਸ਼ਤਿਹਾਰਾਤ ਵਿੱਚ ਜਾ ਕੇ 20 ਫਰਵਰੀ 1886 ਦਾ ਇਸ਼ਤਿਹਾਰ ਕੱਢੋਗੇ, ਉਹਦੇ 'ਚ ਲਿਖਿਆ ਅੱਜ ਤੋਂ ਬਾਅਦ ਕਈ ਔਰਤਾਂ ਮੇਰੇ ਨਿਕਾਹ 'ਚ ਆਵਣ ਦੀਆਂ। ਇੱਕ ਵੀ ਔਰਤ ਮਿਰਜ਼ਾ ਸਾਹਿਬ ਨੇ, ਇੱਕ ਵੀ ਔਰਤ ਪਰਤ ਕੇ ਇਹਨਾਂ ਦੇ ਨਿਕਾਹ 'ਚ ਨਹੀਂ ਆਈ। ਸੱਚਾ ਨਿਕਲਿਆ ਝੂਠਾ ਨਿਕਲਿਆ ਲਾਮ ਅਗਾਂ ਟੁਰੋ। 1887 'ਚ ਅਗਲੇ ਸਾਲ ਮਿਰਜ਼ਾ ਸਾਹਿਬ ਨੇ ਆਖਿਆ ਮਹਮਦੀ ਬੇਗਮ ਨੇ ਨਿਕਾਹ ਆਵੇਦਾ 26 ਮਈ 1908 ਕਿੰਨੇ ਸੁਣਨੀ ਤੁਹਾਡੀ ਲਾਈ ਉੱਤੇ ਫੇਰ ਨਾ ਸਵਾਲ, ਜਦੋਂ ਸਵਾਲ ਅਗਰ ਤੁਸੀਂ ਉਹ ਸਵਾਲ ਦਾ ਜਵਾਬ ਨਹੀਂ ਨਾ ਰਹਿਣਾ ਮੇਰੇ ਕੋਲੋਂ, ਦੇਖੋ 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 ਦੇਖੋ, ਨਹੀਂ 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 ਅਮਰ ਸਾਹਿਬ, ਅਗਰ ਤੁਸੀਂ ਉਹ ਸਵਾਲ ਦਾ, ਮੈਂ ਹੁਣ ਹੀ ਉਹਨਾਂ ਦਾ ਚੈਨਲ ਖੋਲ ਲੈ, ਮੈਂ ਤੇ ਵੀਡੀਓ ਆਪ ਸੁਣੀਏ, ਠੀਕ ਹੈ ਜਾਨ, ਅਸੀਂ ਵੀਡੀਓ ਨਹੀਂ ਵੇਖਣੀ, ਅਸੀਂ ਗੱਲ ਮੂੰਹ ਨਾਲ ਕਰਨੀ ਹੈ। ਸਵਾਲ ਦਾ ਜਵਾਬ ਨਹੀਂ ਨਾ ਲੈਣਾ ਤੇ ਫਿਰ ਉਹ ਸਵਾਲ ਨਾ ਕਰੋ, ਠੀਕ ਹੈ? ਅੱਛਾ ਮੈਂ ਕਹਿੰਦਾ ਜਵਾਬ ਤੁਸੀਂ ਆਪਣੇ ਮੂੰਹ ਨਾਲ ਦੇਖੋ। ਇੱਕ ਪਾਸੇ ਤੁਸੀਂ ਕਹਿੰਦੇ ਹੋ ਸ਼ਾਤਮੀਅਤ, ਇਹ ਵੀ ਸ਼ਾਤਮੀਅਤ ਹੈ, ਇਹ ਮੈਂ ਕਹਿੰਦਾ ਤੱਕ ਮੇਰੀ ਜ਼ਾਤ ਤੱਕ ਸ਼ਾਤਮੀਅਤ ਹੈ, ਠੀਕ ਹੈ? ਮੈਂ ਪਿਆਨਾ ਸ਼ੇਰ ਖਾਨ ਸਾਹਿਬ, ਤੁਸੀਂ ਉਹ ਸਬੂਤ ਦੇ ਦਿਓ ਜਿਹੜਾ ਉਹਨਾਂ ਤੁਹਾਨੂੰ ਵੀਡੀਓ 'ਚ ਦਿੱਤਾ, ਤੁਸੀਂ ਆਪਣੇ ਮੂੰਹ ਨਾਲ ਦੇ ਦਿਓ ਆਪਣੀ ਜ਼ੁਬਾਨ ਨਾਲ। ਮੈਂ ਤੁਹਾਨੂੰ ਖੁਦ, ਮੈਂ ਇੱਥੇ ਵੀਡੀਓ 'ਚ ਲਾਵਾਂਗਾ, ਮੈਂ ਤੁਹਾਨੂੰ ਦੇ ਦਿੰਦਾ ਸੀ ਨਹੀਂ ਵੀਡੀਓ ਤੋਂ, ਜਵਾਬ ਦਿੱਤੇ। ਅਗਰ ਤੁਸੀਂ ਇਤਰਾਜ਼ ਕੀਤੇ ਨਾ, ਦੇਖੋ ਦੇਖੋ ਅਮਰ ਸਾਹਿਬ, ਤੁਸੀਂ ਮੈਂ ਵੈਸੇ ਨਾ ਤੁਹਾਨੂੰ ਬਹੁਤ ਹੀ ਬੁਰਾ ਜਾਣਿਆ, ਪਰ ਚਲੋ ਠੀਕ ਹੈ, ਮੈਂ ਫਿਰ ਵੀ ਤੁਹਾਡੇ ਨਾਲ ਇਟਸ ਓਕੇ, ਔਰ ਤੁਸੀਂ ਵੀ ਕਰ ਰਹੇ ਹੋ ਚਲੋ, ਉਹ ਮੈਂ ਵੀ ਕੋਈ ਇੰਨਾ ਚੰਗਾ ਨਹੀਂ ਹੈਗਾ ਨਾ, ਮੈਂ ਕਹਾਂ ਮੈਂ ਬਹੁਤ ਦੁੱਧ ਦੁੱਧ ਤੁਲਿਆ। ਬਹਰਲ ਉਹਨਾਂ ਦਾ ਜਿਹੜਾ ਜਵਾਬ ਹੈ ਨਾ, ਅਗਰ ਮੈਂ ਜਵਾਬ ਦੇਣਾ ਚਾਹੁੰਦਾ ਵਾਂ, ਉਹ ਤੁਸੀਂ ਜਵਾਬ ਨਹੀਂ ਲੈ ਸਕਦੇ ਤੇ ਫਿਰ ਤੁਸੀਂ ਉਹ ਸਵਾਲ ਵੀ, ਤੁਸੀਂ ਅਸੀਂ ਲੈਣ ਨੂੰ ਤਿਆਰ ਹਾਂ ਪਰ ਤੁਹਾਡੇ ਮੂੰਹ ਤੋਂ। ਜੇ ਤੁਸੀਂ ਤਹਿਕੀਕ ਪੇ ਕਰਦੇ ਹੋ, ਗੌਰ ਫਿਕਰ ਪੇ ਕਰਦੇ ਹੋ, ਤੁਸੀਂ ਉਹ ਵੀਡੀਓ ਸੁਣ ਲਓ। ਫਿਕਰ ਨਹੀਂ, ਇਹ ਜਿਹੜੇ ਤੁਸੀਂ, ਹਾਂ ਮੈਂ ਉਹ ਸੁਣੀ ਹੈ, ਮੈਂ 100% ਉੱਤੇ ਸੈਟੀਸਫਾਈਡ। ਸੁਣ ਕੇ ਸੁਣ ਕੇ ਉਹਨੂੰ ਆਪਣੇ ਮੂੰਹ ਨਾਲ ਬਿਆਨ ਕਰੋ, ਫਿਰ ਜੇ ਸੈਟੀਸਫਾਈਡ ਹੋ ਤੇ ਕੀ ਉਹਨਾਂ ਆਖਿਆ? ਮੈਂ ਚਲਾ ਦਿੰਦਾ, ਫਿਰ ਉਹੀ ਗੱਲ,
ਭਾਈ ਸਾਨੂੰ ਵੀਡੀਓ ਨਾ ਚਲਾਓ, ਤੁਸੀਂ ਆਪਣੇ ਮੂੰਹ ਨਾਲ ਦੱਸੋ ਤੁਸੀਂ ਕੀ ਸੁਣਿਆ ਕੀ ਸੁਣਿਆ। ਹਜ਼ਾਰ ਵਾਰੀ ਤੇ ਜਮਾਤ ਅਹਿਮਦੀਆ ਨੇ ਦੇਖੋ, ਫਿਰ ਸਾਨੂੰ ਯਾਦ ਕਰਨੇ ਪੈਣਗੇ ਹੁਣ। ਦੇਖੋ ਅਸੀਂ, ਤੁਸੀਂ ਸਵਾਲ ਕਰਦੇ ਹੋ ਨਾ, ਫਿਰ ਉਹਨੂੰ ਛੱਡ ਦੋ, ਮੈਂ ਉਸ ਹਵਾਲੇ ਨੂੰ ਛੱਡ ਦਿੰਦਾ। ਤੁਸੀਂ ਲੋਕ ਸਵਾਲ ਕਰਦੇ ਹੋ ਨਾ, ਅਸੀਂ ਲੋਕ ਸੁਣੋ ਤੇ ਸਹੀ ਨਾ, ਤਹਿਕੀਕ ਜ਼ਰੂਰ ਕਰਦੇ ਆ। ਮੇਰੀ ਗੱਲ ਸੁਣੋ, ਉਹ ਠੀਕ ਹੈ, ਤਹਿਕੀਕ ਕਰੋ ਮੈਂ ਤੁਹਾਨੂੰ ਅਗਲੀ ਇੱਕ ਤੇ ਬਾਅਦ ਤੁਹਾਡੇ ਵਾਸਤੇ ਨੂੰ ਯਾਰ ਇੱਕ ਵਾਰੀ ਕੱਟ ਕੇ ਆ ਜਾਓ, ਫਿਰ ਆਵਾਜ਼ ਨਹੀਂ ਡਬਲ ਹੋਗੀ, ਆਵਾਜ਼ ਬੜੀ ਡਬਲ ਹੋਗੀ। ਮੈਂ ਕਹਿੰਦਾ ਅਸੀਂ ਰੁਕ ਜਾਂਦੇ ਇੱਥੇ ਹੀ, ਇਹਨੂੰ ਛੱਡ ਦੇਣੇ ਇਸ ਗੱਲ ਨੂੰ, ਅਗਾਂ ਟੁਰਨੇ ਆ ਕਿ ਇੱਥੇ ਹੀ ਰੁਕਿਆ ਰਹਿਣਾ, ਇਹਨੂੰ ਛੱਡ ਦਵੋ, ਅਗਲੀ ਮੈਨੂੰ ਗੱਲ ਕਰਨ ਦਿਓ। ਯਾਰ ਤੁਸੀਂ ਬੜੇ ਮਜ਼ੇ ਨਾਲ ਗੱਲ ਕਰ ਰਹੇ ਹੋ, ਕਿਉਂਕਿ ਤੁਹਾਡੀ ਆਵਾਜ਼ ਤੁਹਾਨੂੰ ਵਾਪਸ ਨਹੀਂ ਆ ਰਹੀ, ਮੇਰੀ ਆਵਾਜ਼ ਮੈਨੂੰ ਵਾਪਸ ਆ ਰਹੀ ਹੈ, ਔਰ ਮੈਨੂੰ ਲੱਗਦਾ ਕਿ ਮੇਰੀ ਆਵਾਜ਼ ਸਭ ਨੂੰ ਹੀ ਡਬਲ ਜਾ ਰਹੀ ਤੇ ਸਾਡੇ ਕੰਨਾਂ ਦਾ ਜਨਾਜ਼ਾ ਨਿਕਲ ਗਿਆ। ਉਹ ਯਾਰ ਨਹੀਂ, ਹੁਣ ਤੁਸੀਂ ਜੇ ਮਿਊਟ ਲਾਓਗੇ ਮੈਂ ਗੱਲ ਕਰਾਂਗਾ, ਤੁਸੀਂ ਸੁਣ ਲਓਗੇ। ਨਹੀਂ ਤੁਹਾਡੇ ਵੱਲੋਂ ਆਵਾਜ਼ ਡਬਲ ਆ ਰਹੀ ਹੈ, ਤੁਸੀਂ ਯਾਰ ਹੋਸਟ ਬਾਈ ਦੱਸੋ ਨਾ, ਤੁਸੀਂ ਗੱਲ ਮੁਕੰਮਲ ਕਰ ਲਓ, ਵਾਰੀ ਵਾਰੀ ਬੋਲੋ ਨਾ, ਵਾਰੀ ਵਾਰੀ ਬੋਲੋ। ਯਾਰ ਮੁਸਾਫਰ ਸਾਹਿਬ ਤੁਸੀਂ ਮਿਊਟ ਲਾਣਗੇ, ਤੁਸੀਂ ਮਿਊਟ ਲਾਣਗੇ ਤਾਂ ਠੀਕ ਹੋ ਜਾਏਗੀ। ਯਾਰ ਯਾਰ ਤੁਹਾਡਾ ਮੁਸਾਫਰ ਸਾਹਿਬ ਤੁਸੀਂ ਮਿਊਟ ਲਾਓ, ਠੀਕ ਹੋ ਜਾਏਗੀ, ਮਿਊਟ ਲਾਓ ਤੁਸੀਂ। ਆਵਾਜ਼ ਵਿੱਚ ਨਹੀਂ ਆਉਣ ਲੱਗੀ ਜੇ ਤੁਸੀਂ ਮਿਊਟ ਲਾ ਕੇ ਸੁਣੋਗੇ, ਆਵਾਜ਼ ਉਦੋਂ ਮਿਊਟ ਆਪਣਾ ਰਿਬਾਉਂਡ ਹੁੰਦੀ ਜਦੋਂ ਤੁਸੀਂ ਵਿੱਚ ਬੋਲਦੇ। ਮੈਂ ਪਿਆ ਕਹਿੰਦਾ ਕਿ ਮਿਰਜ਼ਾ ਸਾਹਿਬ ਨੇ ਕੱਟ ਕੇ ਆ ਜਾਓ ਨਾ, 2 ਸੈਕਿੰਡ ਲੱਗਨੇ ਨੇ, ਕਾਲ ਕੱਟੋ ਤੇ ਫਿਰ ਆ ਜਾਓ। ਮੈਂ ਕੱਟ ਕੇ ਵੀ ਆਵਾਂਗਾ, ਮੈਂ ਕੱਟ ਕੇ ਵੀ ਆਵਾਂਦਾ, ਮੋਬਾਈਲ ਬਲੂਟੁੱਥ ਨਾਲ ਲੱਗਿਆ, ਲੋ ਮੈਂ ਬਲੂਟੁੱਥ ਬੰਦ ਕਰਨ ਲੱਗਾ, ਤੁਸੀਂ ਮਾਈਕ ਮਿਊਟ ਰੱਖਿਆ ਜਾਓ। ਹੁਣ ਮੈਨੂੰ ਆਵਾਜ਼ ਤੁਹਾਡੀ ਆਏਗੀ ਥੋੜੀ, ਪ੍ਰੋਬਲਮ ਇਹ ਵੇ ਕਿ ਇਸ ਮੋਬਾਈਲ ਦੀ ਇੰਨੀ ਆਵਾਜ਼ ਨਹੀਂ ਹੈ, ਲੇਕਿਨ ਹੁਣ ਮੇਰੀ ਆਵਾਜ਼ ਦੇ ਵਿੱਚ ਨਾ ਬੋਲਿਆ, ਕਿਉਂਕਿ ਤੁਹਾਡੀ ਆਵਾਜ਼ ਹੁਣ ਮੈਨੂੰ ਘੱਟ ਆਏਗੀ, ਮੇਰੀ ਆਵਾਜ਼ ਹੁਣ ਇੱਕੋ ਨਹੀਂ ਹੋਣ ਲੱਗੀ, ਲੇਕਿਨ ਤੁਹਾਡੀ ਮੈਨੂੰ ਨਹੀਂ ਆ ਰਹੀ ਆਵਾਜ਼, ਖਮੋਸ਼ ਰਹੋ ਜਦ ਤੱਕ ਮੈਂ ਤੁਹਾਨੂੰ ਆਖਿਆ ਨਾ। ਮੈਂ ਚੁੱਪ ਹੀ ਬੈਠਾ, ਨਹੀਂ ਆ ਰਹੀ, ਤੁਸੀਂ ਬੋਲੋ, ਗੱਲ ਕਰੋ। ਹਾਂਜੀ ਮੈਂ ਇਹ ਪਿਆ ਕਹਿੰਦਾ ਮੁਸਾਫਰ ਸਾਹਿਬ ਕਿ ਅਸੀਂ ਹੁਣ ਇਹ ਵੇਖਣਾ ਕਿ ਜਦੋਂ ਅਸੀਂ ਮਿਰਜ਼ਾ ਸਾਹਿਬ ਦੇ ਇਲਹਾਮ ਨੂੰ ਤਰਜੀਹ ਦੇਣੀ ਹੈ ਉਹਨਾਂ ਦੀ ਸਾਂ ਉੱਤੇ ਜਿਹੜੀਆਂ 200 ਸਾਲ ਬਾਅਦ ਇਕੱਠੀਆਂ ਕੀ ਹੈ, ਅਤੇ ਅਸੀਂ ਫਿਰ ਵੇਖਣਾ ਤਾਂ ਹੈ ਕਿ ਇਲਹਾਮ ਖੁਦਾ ਦੀ ਤਰਫੋਂ ਹੈ ਕਿ ਨਹੀਂ ਹੈ, ਉਹਦਾ ਕੋਈ ਤਰੀਕਾ ਤਾਂ ਹੈ ਨਾ। ਮਿਰਜ਼ਾ ਸਾਹਿਬ ਨੇ ਆਪ ਉਹਦਾ ਤਰੀਕਾ ਬਿਆਨ ਕੀਤਾ ਹੈ ਕਿ ਮੈਂ ਕੀਤੀਆਂ ਨੇ ਪੇਸ਼ ਗੋਈਆਂ, ਮੈਨੂੰ ਗੈਬ 'ਚੋਂ ਖਬਰਾਂ ਲੱਭੀਆਂ ਨੇ ਉਹ ਮੈਂ ਲੋਕਾਂ ਨੂੰ ਦਿੱਤੀਆਂ ਨੇ, ਉਹਨਾਂ 'ਚੋਂ ਇੱਕ ਵੀ ਝੂਠੀ ਨਿਕਲ ਆਵੇ ਤਾਂ ਮੈਂ ਝੂਠਾ ਜੇ, ਔਰ ਬਿਲਕੁਲ ਸਹੀ ਮਿਆਰ ਉਹਨਾਂ ਪੇਸ਼ ਕੀਤਾ। ਨਬੀ ਦੀ ਇੱਕ ਵੀ ਗੱਲ ਝੂਠੀ ਨਿਕਲ ਆਵੇ ਉਹ ਨਬੀ ਨਹੀਂ ਹੁੰਦਾ, ਇੱਕ ਵੀ ਗੱਲ ਨਬੀ ਦੀ ਪੇਸ਼ ਗੋਈ ਝੂਠੀ ਨਿਕਲ ਆਵੇ ਉਹਨੂੰ ਨਬੀ ਕੋਈ ਨਹੀਂ ਮੰਨਦਾ, ਦਾਅਵਾ ਉਹਨਾਂ ਦਾ ਨਬੂਵਤ ਦਾ। ਉਹ ਕਹਿੰਦੇ ਨੇ ਜੀ ਮੇਰੀਆਂ ਪੇਸ਼ ਗੋਈਆਂ ਚੈੱਕ ਕਰ ਲਓ, ਇੱਕ ਮੈਂ ਕੀਤੀ 1886 ਦੀ ਪੇਸ਼, ਅੱਗੋਂ ਮੈਂ ਕੀਤੀ 1887 ਦੀ ਪੇਸ਼, ਤੁਸਾਂ ਮੈਨੂੰ ਆਖਿਆ ਵੀਡੀਓ ਵੀਡੀਓ ਨੂੰ ਗੋਲੀ ਮਾਰੋ, ਉਹਨੇ ਮੈਂ ਛੱਡ ਦੇਣਾ 1887 ਨੂੰ, ਅਗਾਂ ਟੁਰ ਪੈਂਦੇ ਹਾਂ। 1892 'ਚ ਅਪ੍ਰੈਲ 'ਚ ਮਿਰਜ਼ਾ ਸਾਹਿਬ ਨੇ ਉਹ ਜਿਹੜਾ ਮਮਦੀ ਬੇਗਮ ਦਾ ਸ਼ੋਹਰ ਸੀ ਨਾ ਉਹਨੂੰ 2.5 ਸਾਲ ਦਾ ਟਾਈਮ ਦਿੱਤਾ ਸੀ, 2.5 ਸਾਲ 'ਚ ਨਾ ਮਰਿਆ। ਤੇ ਇੱਕ ਗੱਲ ਦੇਖੀ ਸੀਗੀ, ਐਵੇਂ ਪੜੀ ਹੈ, ਤੁਸੀਂ ਵਿੱਚ ਬੋਲੋਗੇ ਤੁਹਾਡੀ ਆਵਾਜ਼ ਮੈਨੂੰ ਨਹੀਂ ਆਉਣ ਲੱਗੀ। ਦੇਖੋ ਅਮਰ ਬਾਈ ਮੇਰੀ ਗੱਲ ਸੁਣੋ ਨਾ, ਐਵੇਂ ਗੱਲ ਨਾ ਉੱਥੇ ਮੈਂ ਉੱਥੇ ਗੱਲ ਹੈ ਕਿ ਹਰ ਨਬੀ ਨੇ ਨਾ ਆਪਣੀ ਕੌਮ ਨੂੰ ਅੱਲਾਹ ਤਾਲਾ ਦੇ ਅਜ਼ਾਬ ਤੋਂ ਡਰਾਇਆ, ਠੀਕ ਹੈ। ਅਤੇ ਇਹ ਗੱਲ ਕਿੱਥੇ ਲਿਖੀ ਗਈ ਹੈ, ਇਹਦਾ ਹਵਾਲਾ ਨਹੀਂ ਹੈ ਕੋਈ, ਠੀਕ ਹੈ ਭਾਈ। ਅਸਲ ਗੱਲ ਇਹ ਆਪਣਾ ਮੁਸਾਫਰ ਸਾਹਿਬ, ਸਾਡੇ ਸੁਣ ਲਓ ਨਾ, ਇਸ ਲੈਵਲ ਦੇ ਹਿਸਾਬ ਨਾਲ ਨਾ, ਅਗਰ ਇਸ ਲੈਵਲ ਇਹ ਲੈਵਲ ਲੈ ਕੇ ਜਾਇਆ ਜਾਏ ਨਾ, ਮੈਂ ਤੁਹਾਨੂੰ ਗੱਲ ਵੀ ਦੱਸਣਾ ਤੁਸੀਂ ਕਿਹੜੀ ਕਰਨੀ ਸੀ ਤੇ ਕਿਹੜੀ ਕਰ ਦਿੱਤੀ। ਜੀ ਜੀ ਮੁਸਾਫਰ ਸਾਹਿਬ, ਤੁਸੀਂ ਜਿਹੜੀ ਗੱਲ ਕਰਨੀ ਸੀ ਉਹ ਇਹ ਵੇ ਕਿ ਹਰ ਨਬੀ ਨੇ ਆਪਣੀ ਕੌਮ ਨੂੰ
ਦਜਾਲ ਦੇ ਫਿਤਨੇ ਤੋਂ ਦਜਾਲ ਦੇ ਤੁਸੀਂ ਮੈਂ ਤੁਹਾਨੂੰ ਦੱਸਣਾ ਤੁਸੀਂ ਤੁਹਾਨੂੰ ਕਿਹੜੀਆਂ ਉਹਨਾਂ ਸਮਝਾਈਆਂ ਨੇ ਬਈ ਤੁਸੀਂ ਇਹ ਆਖਣਾ ਗੱਲ ਹੁਣ ਸੁਣੋ ਇਹਦਾ ਜਵਾਬ ਇਹਦਾ ਜਵਾਬ ਇਹ ਵੇ ਮੁਸਾਫਰ ਸਾਹਿਬ ਸਾਡੇ ਮੁਸਲਮਾਨਾਂ ਦੇ ਅਕੀਦੇ ਦੀ ਬੁਨਿਆਦ ਨਬੀ ਅਲੈਹਿ ਸਲਾਤੋ ਵਸਲਾਮ ਤੇ ਨਾਜ਼ਲ ਹੋਣ ਵਾਲੀ ਵਹੀ ਖਫੀ ਵਹੀ ਹੈ ਵਹੀ ਜਾਂ ਜੱਲੀ ਵਹੀ ਹੈ ਵੇ ਅਸੀਂ ਉਹਨਾਂ ਦੀ ਵਹੀ ਦੇ ਉੱਤੇ ਹੀ ਉਸ ਵਹੀ ਦੇ ਉੱਤੇ ਤਬਾਰ ਕਰਕੇ ਮੂਸਾ ਅਲੈਹਿ ਸਲਾਮ ਨੂੰ ਨਬੀ ਮੰਨਿਆ ਈਸਾ ਅਲੈਹਿ ਸਲਾਮ ਨੂੰ ਨਬੀ ਮੰਨਿਆ ਇਬਰਾਹਿਮ ਅਲੈਹਿ ਸਲਾਮ ਨੂੰ ਨਬੀ ਮੰਨਿਆ ਹੱਤਾ ਕਿ ਰੱਬ ਨੂੰ ਵੀ ਅਸੀਂ ਰੱਬ ਤਾਂ ਮੰਨਿਆ ਨਬੀ ਪਾਕ ਦੀ ਵਹੀ ਦੀ ਵਜ੍ਹਾ ਤੋਂ ਨਬੀ ਪਾਕ ਨੇ ਸਾਨੂੰ ਰੱਬ ਦਾ ਤਾਰਫ ਕਰਾਇਆ ਨਬੀ ਪਾਕ ਨੇ ਸਾਨੂੰ ਸਾਰਿਆਂ ਨਬੀਆਂ ਦਾ ਤਾਰਫ ਕਰਾਇਆ ਨਬੀ ਪਾਕ ਨੇ ਸਾਨੂੰ ਕੁਰਾਨ ਦਿੱਤਾ ਨਬੀ ਪਾਕ ਨੇ ਹੀ ਸਾਨੂੰ ਰੋਜ਼ੇ ਜਜ਼ਾ ਸਜ਼ਾ ਦੀ ਸਾਰੀਆਂ ਗੱਲਾਂ ਜਿੰਨੀਆਂ ਨਬੀ ਪਾਕ ਨੇ ਦੱਸੀਆਂ ਸੀ ਉਹਨਾਂ ਦੀ ਗੱਲ ਤੇ ਇਤਬਾਰ ਕੀਤਾ ਸਾਡੇ ਦੀਨ ਦੀ ਅਕੀਦੇ ਦੀ ਬੁਨਿਆਦ ਹੀ ਨਬੀ ਪਾਕ ਦੀ ਵਹੀ ਹੈ ਨਬੀ ਪਾਕ ਦੀ ਗੱਲ ਹੈ ਅਗਰ ਨਬੀ ਅਲੈਹਿ ਸਲਾਤੋ ਵਸਲਾਮ ਨੇ ਫਰਮਾ ਦਿੱਤਾ ਹੈ ਕਿ ਹਰ ਨਬੀ ਨੇ ਆਪਣੀ ਕੌਮ ਨੂੰ ਦਜਾਲ ਦੇ ਫਿਤਨੇ ਤੋਂ ਡਰਾਇਆ ਹੈ ਸਾਡਾ ਉਹਦੇ ਤੇ ਇਤਬਾਰ ਹੈ ਕਿਆ ਤੁਹਾਡੇ ਅਕੀਦੇ ਦੀ ਬੁਨਿਆਦ ਤੁਹਾਡੇ ਦੀਨ ਦੀ ਬੁਨਿਆਦ ਮਿਰਜ਼ਾ ਸਾਹਿਬ ਦਾ ਇਲਾਮ ਹੈ ਕਿ ਕੁਰਾਨ ਦੀ ਸੇ ਨਹੀਂ ਕੁਰਾਨ ਦੀ ਸੇ ਅਸੀਂ ਤੇ ਸ਼ੁਐਬ ਸਾਹਿਬ ਇਨਕੋ ਵੀ ਲੈ ਨੇ ਸ਼ੁਐਬ ਸਾਹਿਬ ਜਮਾਤ ਅਹਿਮਦੀਆ ਸੇ ਹੈ ਇਹ ਇਨਕੋ ਇੱਕ ਵਕਤ ਇੱਕ ਨਾਲ ਗੱਲ ਹੋ ਸਕਦੀ ਨਾ ਸ਼ਾਪ ਸ਼ੂਟਰ ਯਾਰ ਲੈ ਲੈ ਪਲੀਜ਼ ਯਾਰ ਉਨਕੋ ਲੈ ਲੈ ਫਿਰ ਵਿੱਚ ਬੋਲਣਗੇ ਤੇ ਡਿਸਟਰਬੈਂਸ ਹੋਏਗੀ ਨਾ ਇੱਕ ਬੰਦੇ ਨਾਲ ਗੱਲ ਕਰਨ ਦੀ ਸੇ ਬਾਤ ਕਰੇ ਇਹ ਸ਼ੇਰ ਖਾਨ ਉਹਨੇ ਕਰਨੀ ਤੇ ਉਹ ਆਕੜ ਮੈਂ ਗੱਲ ਕਰਨਾ ਸ਼ੇਰ ਸਾਹਿਬ ਦੀ ਜਗ੍ਹਾ ਤੇ ਉਸਤਾਦ ਹੈ ਨਾ ਉਹ ਕਹਤੇ ਮੇਰੇ ਲੈਕਚਰ ਕੋ ਆਪ ਗੌਰ ਸੇ ਸੁਣਤੇ ਤੋ ਆਜ ਜਵਾਬ ਦੇ ਇਹ ਉਸਤਾਦ ਨੇ ਤੁਹਾਡੇ ਸ਼ੇਰ ਖਾਨ ਜੀ ਹਾਂਜੀ ਇਹ ਸ਼ੁਐਬ ਸਾਹਿਬ ਜੀ ਆ ਜਾਣ ਉੱਤੇ ਉਹਨਾਂ ਨਾਲ ਗੱਲ ਕਰ ਲੈਣੇ ਲੇਕਿਨ ਗੱਲ ਇਹ ਵੇ ਕਾਲ ਮਾਰੇ ਉੱਪਰ ਆਏ ਮਜ਼ਾ ਆਏਗਾ ਬਾਤ ਕਰਨੇ ਦਾ ਭਾਈ ਮੈਂ ਨਹੀਂ ਆਈ ਡੀ ਮੋਡਰੇਟਰ ਨਹੀਂ ਸਾਹਿਬ ਆਈ ਲੈ ਲੈਣੇ ਗੱਲ ਇਹ ਵੇ ਸ਼ੇਰ ਖਾਨ ਸਾਹਿਬ ਮੈਂ ਕਿਸੇ ਕੋ ਮਿਰਜ਼ਾ ਸਾਹਿਬ ਦੇ ਜੇ ਤੇ ਤੁਸੀਂ ਇਲਹਾਮ ਨੂੰ ਮੰਨਿਆ ਜੀ ਜੀ ਸੁਣੋ ਮਿਰਜ਼ਾ ਸਾਹਿਬ ਦੇ ਇਲਹਾਮ ਤੇ ਜੇ ਤੇ ਤੁਹਾਡੀ ਬੁਨਿਆਦ ਹੈ ਤੁਸੀਂ ਨਬੀ ਪਾਕ ਨੂੰ ਨਬੀ ਤਾਂ ਮੰਨਿਆ ਈਸਾ ਅਲੈਹਿ ਸਲਾਮ ਨਬੀ ਤਾਂ ਮੰਨਿਆ ਮੂਸਾ ਅਲੈਹਿ ਸਲਾਮ ਨਬੀ ਤਾਂ ਮੰਨਿਆ ਕੁਰਾਨ ਨੂੰ ਕੁਰਾਨ ਤਾਂ ਮੰਨਿਆ ਬਈ ਮਿਰਜ਼ਾ ਸਾਹਿਬ ਦੇ ਇਲਹਾਮ ਦੀ ਬੁਨਿਆਦ ਉੱਤੇ ਤੇ ਫਿਰ ਤੇ ਗੱਲ ਕਰੋ ਆਖੋ ਸਾਡੀ ਬੁਨਿਆਦ ਹੋਏ ਯਾਰ ਅਜੀਬੋ ਗਰੀਬ ਤੁਸੀਂ ਖਿਚੜੀ ਨਹੀਂ ਮਚਾਈ ਜਾ ਰਹੇ ਕੀ ਕਰ ਰਹੇ ਤੁਸੀਂ ਨਹੀਂ ਖਿਚੜੀ ਨਹੀਂ ਹੈ ਇਹ ਉਹ ਨੇ ਗੱਲਾਂ ਇਹ ਜਿਹੜਾ ਪੰਚਰ ਲਾ ਕੇ ਨਹੀਂ ਤੁਹਾਨੂੰ ਦਿੱਤਾ ਇਹ ਪੁੱਟਿਆ ਗਿਆ ਪੰਚਰ ਲਾ ਕੇ ਦਿੱਤਾ ਗਿਆ ਹਰ ਨਬੀ ਨੇ ਆਪਣੀ ਕੌਮ ਨੂੰ ਦਜਾਲ ਦੇ ਫਿਤਨੇ ਨੂੰ ਡਰਾਇਆ ਅਗਰ ਇਬਰਾਹਿਮ ਅਲੈਹਿ ਸਲਾਮ ਦਾ ਸਹੀਫਾ ਲਿਆਓ ਮੈਂ ਨਾ ਆਪਣੇ ਨਬੀ ਦੀ ਸੱਚੀ ਗੱਲ ਕਰਕੇ ਵਹਾਂ ਮੇਰਾ ਮੂੰਹ ਕਾਲਾ ਕਰ ਦੇਣਾ ਲਿਆਓ ਮੂਸਾ ਅਲੈਹਿ ਸਲਾਮ ਦਾ ਤੌਰਾਤ ਅਸਲ ਤੌਰਾਤ ਜਿਹੜੀ ਮੂਸਾ ਅਲੈਹਿ ਸਲਾਮ ਤੇ ਨਾਜ਼ਲ ਹੋਈ ਲਿਆਓ ਈਸਾ ਅਲੈਹਿ ਸਲਾਮ ਦੇ ਉੱਤੇ ਜਿਹੜੀ ਇੰਜੀਲ ਨਾਜ਼ਲ ਹੋਈ ਹੈ ਮੁਹਰਫ ਔਰ ਮੁਬੱਦਲ ਨਹੀਂ ਜਿਹੜੀ ਅੱਜ ਕੱਲ੍ਹ ਕ੍ਰਿਸ਼ਨਾ ਨੇ ਵਿੱਚ ਵਾਧੇ ਘੱਟ ਕੀਤੇ ਨੇ ਉਹ ਨਹੀਂ ਲਿਆਓ ਨੂਹ ਅਲੈਹਿ ਸਲਾਮ ਦਾ ਸਹੀਫਾ ਲਿਆਓ ਲੂਤ ਅਲੈਹਿ ਸਲਾਮ ਦਾ ਸਹੀਫਾ ਲਿਆਓ ਖਿਜ਼ਰ ਅਲੈਹਿ ਸਲਾਮ ਦਾ ਜ਼ਕਰੀਆ ਅਲੈਹਿ ਸਲਾਮ ਦਾ ਯਾਹਯਾ ਅਲੈਹਿ ਸਲਾਮ ਦਾ ਜਿੰਨਿਆਂ ਨਬੀਆਂ ਦੇ ਉੱਤੇ ਜਿਹੜਾ ਜਿਹੜਾ ਸਹੀਫਾ ਨਾਜ਼ਲ ਹੋਇਆ ਅੱਜ ਉਹ ਲੈ ਉਹ ਅਸਲੀ ਹਾਲਤ 'ਚ ਜੇ ਦਜਾਲ ਦੇ ਫਿਤਨੇ ਤੂੰ ਉਹਨਾਂ ਨਾ ਡਰਾਇਆ ਵੇ ਮੇਰਾ ਖੂਨ ਮਾਫ ਉਹ ਭਾਈ ਜਾਨ ਉਹਨਾਂ ਦੀ ਗੱਲ ਹੀ ਮੌਜੂਦ ਨਹੀਂ ਹੈ ਸਾਨੂੰ ਨਬੀ ਅਲੈਹਿ ਸਲਾਤੋ ਵਸਲਾਮ ਦੀ ਗੱਲ ਤੇ ਯਕੀਨ ਹੈ ਜੇ ਉਹਨਾਂ ਨੇ ਆਖਿਆ ਕਿ ਦਜਾਲ ਦੇ ਫਿਤਨੇ ਡਰਾਇਆ ਤੇ ਹਰ ਸਹੀਫੇ 'ਚ ਮੌਜੂਦ ਸੀ ਲੇਕਿਨ ਹੁਣ ਉਹ ਸਹੀਫੇ ਹੈ ਨਹੀਂ ਤੇ ਅਸੀਂ ਕਿੱਥੋਂ ਕੱਢ ਕੇ ਬਹਾਈਏ ਸਾਨੂੰ ਤੇ ਨਬੀ ਪਾਕ ਦੀ ਗੱਲ ਤੋਂ ਜੀ ਇਤਬਾਰ ਹੈ ਅਸੀਂ ਤਾਂ ਉਹਨਾਂ ਨੂੰ ਮੁਖਬਰ ਸਾਬਿਤ ਸਮਝਨੇ ਜੀ ਫਿਰ ਅਸੀਂ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀ ਗੱਲ ਤੇ ਇਤਬਾਰ ਕਰਦੇ ਹਾਂ ਗੱਲ ਮੈਂ ਇਹ ਹੀ ਪਿਆਨਾ ਨਾ ਇਹ ਹੀ ਪਿਆਨਾ ਪਿਆ ਕਿ ਤੁਸੀਂ ਆਖੋ ਕਿ ਸਾਡੇ ਕਿਤੇ ਦੀ ਬੁਨਿਆਦ ਇੰਦੀਆਂ ਪੇਸ਼ ਕਰਦੀ ਹੈ ਤੁਸੀਂ ਆਪਣੇ ਮੂੰਹ ਕਹਿਦੀ ਸੁਣੋ ਨਾ ਆ ਮੇਰੇ ਭਾਈ ਤੁਸੀਂ ਆਪਣੇ ਮੂੰਹ ਕਹਿਤੀ ਹੁਣ ਕੀ ਇੱਥੇ ਰਹਿ ਗਿਆ ਸੁਣੋ ਨਾ ਮੈਂ ਪਿਆਨਾ ਕਿ ਜਾਂ ਤੇ ਤੁਸੀਂ ਇਹ ਇਕਰਾਰ ਕਰ ਲਓ ਜਿਹੜੀ ਜਿਹੜੀਆਂ ਗੱਲਾਂ ਮੌਜੂਦ ਨਹੀਂ ਕਿਉਂਕਿ ਖੁਦਾ ਦੱਸਦਾ ਹੈ ਨਾ ਆਪਣੇ ਨਬੀ ਨੂੰ
ਇਦਾਂ ਹੀ ਖੁਦਾ ਨੇ ਹਜ਼ਰਤ ਮਸੀਹ ਅਲੈਹਿਸਲਾਮ ਨੂੰ ਦੱਸੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਨਬੀ ਮੰਨਦੇ ਹਾਂ, ਤੁਸੀਂ ਨਹੀਂ ਮੰਨਦੇ, ਤੁਸੀਂ ਰੱਦ ਕਰੋ। ਤੁਹਾਡੇ ਕੀਦੇ ਦੀ ਬੁਨਿਆਦ ਫਿਰ ਮਿਰਜ਼ਾ ਸਾਹਿਬ ਦਾ ਇਲਹਾਮ ਹੈ ਨਾ? ਮੈਂ ਤੈਨੂੰ ਅਮਰ ਬਈ, ਮੈਂ ਤੈਨੂੰ ਇੱਕ ਗੱਲ ਦੱਸ ਰਿਹਾ ਕਿ ਅਗਰ ਜਿਹੜਾ ਕ੍ਰਿਸਚਨ ਹੈ ਨਾ, ਉਹ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਅਗਰ ਜਿਹੜੀ ਇਹ ਗੱਲ ਕੀਤੀ ਹੈ ਨਾ ਕਿ ਖੁਦਾ ਨੇ ਮਤਲਬ ਨਾ ਹਰ ਨਬੀ ਨੇ ਆਪਣੇ ਮਤਲਬ ਆਪਣੀ ਕੌਮ ਨੂੰ ਦਜਾਲ ਦੇ ਫਿਤਨੇ ਤੋਂ ਡਰਾਇਆ, ਠੀਕ ਹੈ, ਤੇ ਉਹ ਕਹੇਗਾ ਕਿ ਇਹ ਗੱਲ ਕਿੱਥੇ ਲਿਖੀ ਹੈ? ਠੀਕ ਹੈ, ਕਿਤੇ ਨਹੀਂ ਲਿਖੀ। ਤੁਸੀਂ ਕਹੋਗੇ ਬਈ ਕਿਉਂਕਿ ਅਸੀਂ ਇਮਾਨ ਲੈ ਕੇ ਆਉਂਦੇ ਹਾਂ ਔਰ ਉਹਨਾਂ ਨੂੰ ਖੁਦਾ ਨੇ ਦੱਸੀ ਹੈ, ਇਸ ਲਈ ਇਸ ਚੀਜ਼ ਨੂੰ ਮੰਨਦੇ ਹਾਂ। ਅਸੀਂ ਜਿਹੜੀ ਗੱਲ ਆਨੇ ਉਹ ਅਸੀਂ ਪਿਆਨੇ, ਤੁਸੀਂ ਮੇਰੇ ਕੋਲ ਸੁਣੋ ਕਿ ਤੂੰ ਆਪਣੇ ਕੋਲ ਲੱਗੇ ਕਰਨ ਚੀਜ਼। ਦੇਖੋ ਨਾ, ਸੇਮ ਚੀਜ਼, ਸੇਮ ਚੀਜ਼ ਨਹੀਂ ਹੈ ਨਾ, ਤੁਸੀਂ ਸੇਮ ਚੀਜ਼ ਦਾ ਦਾਵਾ ਨਹੀਂ ਕਰ ਸਕਦੇ। ਅਸਲਾਮ ਨੂੰ ਕਿਉਂ ਨਹੀਂ ਕਰ ਸਕਦੇ? ਮੈਂ ਦੱਸਣਾ ਕਿਉਂ ਨਹੀਂ ਕਰ ਸਕਦੇ। ਹਾਂ ਦੱਸੋ ਕਿਉਂ ਨਹੀਂ ਕਰ ਸਕਦੇ। ਹਾਂਜੀ, ਇਸ ਗੱਲ ਨਹੀਂ ਕਰ ਸਕਦੇ ਕਿ ਸਾਡਾ ਇਹ ਦਾਵਾ ਹੈ ਕਿ ਦੀਨ ਇਸਲਾਮ ਦੀ ਬੁਨਿਆਦ ਨਬੀ ਅਲੈਹਿਸਲਾਤੁ ਵਸਲਾਮ ਦੀਆਂ ਖਬਰਾਂ ਨੇ। ਸਲਾਮ ਸਲਾਮ ਜੀ। ਤੁਹਾਡਾ ਇਹ ਦਾਵਾ ਹੈ ਕਿ ਮਿਰਜ਼ਾ ਸਾਹਿਬ ਦੀ ਅਕੀਦੇ ਦੀ ਬੁਨਿਆਦ ਜਾਂ ਦਾਅਵੇ ਦੀ ਬੁਨਿਆਦ ਨਬੀ ਪਾਕ ਦੀਆਂ ਖਬਰਾਂ? ਫਿਰ ਉਹਨਾਂ ਦੇ ਨਾਲ ਸਾਡਾ ਇਹ ਵੀ ਦਾਵਾ ਹੈ ਕਿ ਖੁਦਾ ਤਾਲਾ ਉਹਨਾਂ ਦੇ ਨਾਲ ਕਲਾਮ ਕਰਦਾ, ਨਹੀਂ ਹੈ ਕਿ ਨਹੀਂ? ਮੈਨੂੰ ਤਾਂ ਗੱਲ ਪੂਰੀ ਕਰ ਲੈਂਦੋ ਨਾ। ਅੱਛਾ, ਜਾਂ ਤੇ ਤੁਸੀਂ ਵੀ ਇਹ ਦਾਵਾ ਕਰੋ ਕਿ ਜਿਸ ਤਰ੍ਹਾਂ ਮੁਸਲਮਾਨਾਂ ਦੇ ਅਕੀਦੇ ਦੀ ਬੁਨਿਆਦ ਨਬੀ ਅਲੈਹਿਸਲਾਤੁ ਵਸਲਾਮ ਦੀ ਵਹੀ ਔਰ ਇਲਹਾਮ ਔਰ ਖਬਰਾਂ ਨੇ, ਸਾਡਾ ਵੀ ਪੂਰਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਬੋਲਿਆ ਕਰੋ ਯਾਰ। ਯਾਰ ਤੁਸੀਂ ਉਹਨਾਂ ਫਿਕਰ ਕਰੋ, ਮੈਂ ਪਿਆਨਾ ਕਿ ਜਿਹੜਾ ਤੁਹਾਡਾ ਇਹ ਅਕੀਦਾ ਹੈ, ਨਹੀਂ ਫਿਕਰ ਨਹੀਂ ਫਿਰ ਨਾ ਉਹ। ਅੱਛਾ, ਮਿਰਜ਼ਾ ਸਾਹਿਬ ਦੇ ਇਲਹਾਮ ਉੱਤੇ ਤੁਹਾਡੀ ਬੁਨਿਆਦ ਹੈ? ਦਿਓ ਜਵਾਬ ਹੁਣ। ਫਿਰ ਮੇਰਾ ਉਹ ਨਾਮ ਤੇ ਨਾ ਉਹ ਗੱਲ ਦਾ ਉਹ ਮਜ਼ਾ ਹੀ ਖਰਾਬ ਹੋ ਗਿਆ ਸੀਗਾ। ਫਿਰ ਤੁਸੀਂ ਸਵਾਲ ਦੁਬਾਰਾ ਕਰ। ਮੈਂ ਪਿਆਨਾ ਕਿ ਜਿਸ ਤਰ੍ਹਾਂ ਸਾਡੇ ਅਕੀਦੇ ਦੀ ਦੀਨ ਦੀ ਬੁਨਿਆਦ ਨਬੀ ਅਲੈਹਿਸਲਾਤੁ ਵਸਲਾਮ ਦਾ ਇਲਹਾਮ ਔਰ ਵਹੀ ਹੈ, ਕਿਆ ਤੁਹਾਡੇ ਅਕੀਦੇ ਦੀ ਬੁਨਿਆਦ ਮਿਰਜ਼ਾ ਸਾਹਿਬ ਦੀ ਵਹੀ ਤੇ ਇਲਹਾਮ ਹੈ? ਦੇਖੋ ਨਾ, ਵਹੀ ਜਿਹੜੀ ਹੈ ਨਾ ਉਹ ਲਿਖੀ ਇਨਸਾਨ ਨੇ ਔਰ ਉਹਦੇ ਵਿੱਚ ਨਾ ਮੇਰੇ ਸਵਾਲ ਦਾ ਜਵਾਬ ਦੇਣਾ ਜੀ। ਨਹੀਂ ਨਹੀਂ, ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਦੇਣਾ ਜੀ। ਦੇਖੋ ਦੇਖੋ ਨਾ, ਬੰਦੇ ਸੁਣਨ ਲੱਗੇ ਨੇ, ਉਹ ਆਖਣ ਦੇ ਵੀ ਐਵੇਂ ਹੀ ਸਾਨੂੰ ਦਿਹਾੜੀ ਭੰਨਦੇ ਨੇ ਬਸ। ਦੇਖੋ ਮੈਂ ਦੱਸ ਰਿਹਾ, ਸੋ 200 ਜਿਹੜੀਆਂ ਵਹੀਆਂ ਜਾਂ ਸਭ ਕੁਛ ਨੇ ਨਾ, ਉਹ ਤੁਸੀਂ ਕਈ ਸਹੀ ਮੰਨਦੇ ਹੋ, ਕੋਈ ਜ਼ਈਫ ਮੰਨਦੇ ਹੋ, ਠੀਕ ਹੈ, ਕਿਉਂਕਿ ਉਹ ਇਨਸਾਨਾਂ ਦੀਆਂ ਲਿਖੀਆਂ ਗਈਆਂ ਨੇ। ਮੇਰੇ ਸਵਾਲ ਸਾਡੇ ਲਈ ਮੈਂ ਦੇ ਰਿਹਾ ਕਿਉਂਕਿ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀਆਂ ਜਿਹੜੀਆਂ ਕਿਤਾਬਾਂ ਨੇ ਜਾਂ ਸਭ ਕੁਛ ਉਹ ਸਾਡੇ ਸਾਹਮਣੇ ਆ, ਔਰ ਉਹਨਾਂ ਦੇ ਜਿਹੜੇ ਇਲਹਾਮਾਤ ਨੇ, ਜਿੱਦਾਂ ਉਹਨਾਂ ਦਾ ਇੱਕ ਇਲਹਾਮ ਹੈ ਕਿ ਮੈਂ ਤੇਰੀ ਤਬਲੀਗ ਕੋ ਦੁਨੀਆ ਕੇ ਕਿਨਾਰੋ ਤੱਕ ਪਹੁੰਚਾਊਂਗਾ, ਠੀਕ ਹੈ, ਤੇ ਉਹ ਕਾਦੀਆਂ ਚ ਆਵਾਜ਼ ਨਿਕਲੀ ਔਰ ਪਹੁੰਚਦੀ ਔਰ ਸਾਡੇ ਲਈ ਇੱਕ ਮਿਸਾਲ ਹੈ। ਹਾਂ ਬਿਲਕੁਲ, ਅਸੀਂ ਉਹਨਾਂ ਨੂੰ ਉਹਨਾਂ ਦੇ ਇਲਹਾਮਾਤ ਔਰ ਜਿਹੜੀ ਅਹਾਦੀਸ ਨੇ ਉਹ ਸੇਮ ਲੈਵਲ ਤੇ ਨੇ ਸਾਡੇ ਲਈ, ਬਿਲਕੁਲ ਸੇਮ ਲੈਵਲ। ਕੀ ਮਤਲਬ ਸੇਮ ਲੈਵਲ? ਉਹ ਵੀ ਇਨਸਾਨਾਂ ਨੇ ਲਿਖਿਆ ਨੇ, ਉਹ ਵੀ ਇਨਸਾਨਾਂ ਨੇ ਲਿਖੇ ਨੇ, ਯਾਨੀ ਇਲਹਾਮ ਵੀ ਇਨਸਾਨਾਂ ਨੇ ਲਿਖਿਆ ਤੇ ਨਬੀ ਪਾਕ ਦੀ ਹਦੀਸ ਵੀ ਇਨਸਾਨਾਂ ਨੇ ਲਿਖੀ ਹੈ। ਹਾਂ ਇਨਸਾਨਾਂ ਨੇ ਲਿਖੀ ਹੈ, ਮਤਲਬ ਬਰਾਬਰ ਨੇ ਤੁਹਾਡੇ ਵਾਸਤੇ ਦਰਜੇ ਦੇ ਲਿਹਾਜ਼ ਨਾਲ, ਬਿਲਕੁਲ ਠੀਕ ਹੋ ਗਿਆ। ਤੇ ਜੇ ਮੈਂ ਸਾਬਤ ਕਰਾਂ, ਕਲੋਜ਼ ਮੈਂ ਕਹਿੰਦਾ ਕਿ ਕਲੋਜ਼ ਹੋ, ਹੁਣ ਇੱਥੇ ਹੀ ਕਲੋਜ਼ ਹੋ, ਐਸੇ ਗੱਲ ਤੇ ਖੜੇ ਰਹਵੇ ਹੋ। ਜੇ ਮੈਂ ਤੁਹਾਡੀ ਗੱਲ ਗਲਤ ਸਾਬਤ ਕਰ ਦਵਾਂ ਕਿ ਮਿਰਜ਼ਾ ਸਾਹਿਬ ਤੇ ਆਉਂਦੇ ਨੇ ਕਿ ਦੀਸਾਂ ਪਿੱਛੇ ਨੇ ਤੇ ਮੇਰਾ ਇਲਹਾਮ ਉੱਪਰ ਹੈ, ਮੈਂ ਤੁਹਾਨੂੰ ਉਹੀ ਤੇ ਕਹਿਣ ਲੱਗਾ ਸੀਗਾ, ਮੈਂ ਤਾਂ ਖੁਦ ਕਹਿਣ ਲੱਗਾ ਸੀਗਾ ਇਹ। ਮੈਂ ਕਹਿਣ ਲੱਗਾ ਸੀਗਾ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀਆਂ ਜਿਹੜੀਆਂ ਕਿਤਾਬਾਂ ਨੇ ਨਾ, ਉਹ ਸਾਡੇ ਕੋਲ ਜ਼ਿਆਦਾ ਹਦੀਸਾਂ ਤੋਂ ਨਾ
ਜ਼ਿਆਦਾ ਸੇਫ ਨੇ ਹੈ ਹਾਂ ਜ਼ਿਆਦਾ ਸੇਫ ਨੇ ਜ਼ਿਆਦਾ ਅਹਮ ਨੇ ਜ਼ਿਆਦਾ ਸੇਫ ਨੇ ਮਤਲਬ ਇਹ ਹਦੀਸਾਂ ਜਿਹੜੀਆਂ ਨਾ ਉਹਨਾਂ ਦੇ ਵਿੱਚ ਰੱਦੋ ਬਦਲ ਇਵਨ ਹਦੀਸਾਂ ਦੇ ਵਿੱਚ ਮੈਂ ਬਹੁਤ ਜਗ੍ਹਾ ਤੇ ਜਿਹੜਾ ਅਹਿਮਦੀਆਂ ਨੇ ਸ਼ੋਅ ਕੀਤਾ ਨਾ ਮੇਰੇ ਸਾਹਮਣੇ ਨਜ਼ਰ ਆਉਂਦਾ ਉਹਨਾਂ ਨੇ ਬਹੁਤ ਜਗ੍ਹਾ ਤੇ ਉਹ ਅਰਬੀ ਦਾ ਉਹ ਵਰਡ ਹੀ ਖਾ ਗਏ ਨੇ ਸ਼ੇਰ ਖਾਨ ਬਹੁਤ ਜਗ੍ਹਾ ਤੇ ਉਹ ਮੈਂਸ਼ਨ ਕੀਤਾ ਜਿਹੜੀ ਜਿਹੜੀ ਗੱਲ ਅਸੀਂ ਤੇ ਕਰਨੇ ਆ ਉਹਦੇ ਤੇ ਰਵੋ ਤੁਸੀਂ ਆਖਿਆ ਸੇਮ ਲੈਵਲ ਮੈਂ ਉੱਥੇ ਹੀ ਆ ਰਿਹਾ ਕਿ ਬਿਸ਼ੱਕ ਕਿਉਂਕਿ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਅੱਲਾਹ ਤਾਲਾ ਦੇ ਨਬੀ ਨੇ ਔਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਇਲਹਾਮ ਨੂੰ ਉੱਪਰ ਮੰਨਦੇ ਹੋ ਕਿ ਨਬੀ ਪਾਕ ਦੀ ਹਦੀਸ ਨੂੰ ਤੁਸੀਂ ਆਖਿਆ ਸੇਮ ਲੈਵਲ ਹੈ ਸੋਚ ਲਓ